ਤੁਸੀਂ ਕਿਹਾ ਕਿ ਟਿਕਟ ਦਿੱਤੀ ਵੀ ਤਾਂ ਉਸ ਘੋਨੇ ਮੋਨੇ ਨੂੰ ਲੱਖੇ ਸਿਧਾਣੇ ਦਾ ਤੁਸੀਂ ਨਾਂ ਲਿਆ, ਪਰ ਘੋਨੇ ਮੋਨੇ ਹੁਣ ਤਾਂ ਦਸਤਾਰ ਸਜਾਉਂਦੇ ਨੇ ਲੱਖਾ ਸਿਧਾਣਾ। ਬਾਈ ਮੈਂ ਕਹਿੰਦਾ ਪੱਗ ਰੱਖਦੇ ਨੇ ਪਰ ਦਾੜੀ ਤਾਂ ਕੱਟੀ ਹੋਈ ਹੈ, ਦਾੜੀ ਕੱਟੀ ਹੋਈ ਹੈ, ਰੰਗੀ ਹੋਈ ਹੈ, ਸੰਪੂਰਨ ਸਿੱਖ ਤਾਂ ਨਹੀਂ ਹੈਗੇ। ਲੱਖਾ ਲੋਕਾਂ ਨੂੰ ਤਾਂ ਕਹਿੰਦਾ ਪਿਆ ਕਿ ਦਲ ਬਦਲੋ ਇੱਧਰੋਂ ਇੱਧਰ ਇੱਧਰੋਂ ਇੱਧਰ, ਇਹਨੇ ਆਪ ਚੌਥੀ ਪਾਰਟੀ ਜੁਆਇਨ ਕੀਤੀ ਆ। ਪਹਿਲਾਂ ਇਹ ਸੀਗੇ ਸ਼੍ਰੋਮਣੀ ਅਕਾਲੀ ਦਲ ਚ, ਫਿਰ ਇਹ PPP ਚ ਗਿਆ ਵਾ, ਫਿਰ ਇਹ ਕਿਸਾਨਾਂ ਨੇ ਜਿਹੜੀ ਬਣਾਈ ਸੀਗੀ ਆਪਣੇ ਰਾਜੇ ਵਾਲ ਨੇ ਪਾਰਟੀ ਉਹਦੇ ਵਿੱਚ ਗਿਆ, ਹੁਣ ਚੌਥੀ ਇਹਨੇ ਆਪਣੇ ਨਿਸ਼ਾਨ ਲਿਆ ਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਇਹਨੂੰ ਇਹ ਪੁੱਛੋ ਕਿ ਤੂੰ ਪਾਰਟੀ ਕਿਉਂ ਨੀ ਜੁਆਇਨ ਕੀਤੀ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਨਾ ਭਾਨੇ ਨੇ ਕੀਤੀ ਨਾ ਲੱਖੇ ਨੇ ਕੀਤੀ, ਸਿਰਫ ਚੋਣ ਨਿਸ਼ਾਨੇ ਕਿਉਂ ਲਿਆ ਵਾ? ਕਿਉਂ ਲਿਆ ਤੁਸੀਂ ਦੱਸੋ, ਤੁਹਾਨੂੰ ਕੀ ਲੱਗਦਾ ਕਿਉਂ ਲਿਆ, ਇੱਦਾਂ ਕਿਉਂ ਕੀਤਾ? ਜਦੋਂ ਕੋਰਟ ਦੁਨੇ ਸਟੇਜ ਲੱਗੀ ਸੀ ਉਦੋਂ ਸਿਮਰਜੀਤ ਮਾਨ ਤੇ ਸੁਖਪਾਲ ਖਹਿਰਾ ਇਕੱਠੇ ਬੈਠੇ ਸੀ, ਅੱਜ ਸਿਮਰਜੀਤ ਮਾਨ ਉਹਨੂੰ ਇਹ ਕਾਂਗਰਸ ਪਾਰਟੀ ਨੂੰ ਖੂਨੀ ਦੱਸ ਰਹੇ ਆ। ਪਰ ਮਾਨ ਸਾਹਿਬ ਬਾਰੇ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਮਾਨ ਸਾਹਿਬ ਇਸ ਵਾਰ ਅੰਮ੍ਰਿਤਪਾਲ ਹੁਣਾਂ ਨੂੰ ਇਹ ਗੁਜ਼ਾਰਿਸ਼ ਕਰ ਰਹੇ ਨੇ ਕਿ ਤੁਸੀਂ ਸਾਡੇ ਚੋਣ ਨਿਸ਼ਾਨ ਤੋਂ ਲੜ ਲਓ, ਅਸੀਂ ਆਪਣਾ ਉਮੀਦਵਾਰ ਵਾਪਸ ਲੈ ਲਾਂਗੇ। ਦੇਖੋ ਮਾਨ ਸਾਹਿਬ ਇੱਕ ਚੀਜ਼ ਕਹਿੰਦੇ ਪਏ ਨੇ, ਕਹਿੰਦੇ ਸੀਗੇ ਸ਼ੁਰੂ ਚ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜੀ, ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ, ਬਾਅਦ ਚੋਂ ਮਾਨ ਸਾਹਿਬ ਨੇ ਉਸੇ ਸੰਵਿਧਾਨ ਦੀ ਸਹੁੰ ਚੱਕ ਲਈ। ਅੰਮ੍ਰਿਤਪਾਲ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਭਾਵੇਂ ਸੰਵਿਧਾਨ ਨੇ ਸਾਡਾ ਸੁਧਾਰਨਾ ਕੁਝ ਨਹੀਂ, ਪਰ ਜਿੱਥੇ ਅਸੀਂ ਇਹਨੂੰ ਵਰਤ ਸਕਦੇ ਹਾਂ, ਅਸੀਂ ਗੁਲਾਮ ਕੌਮ ਅਸੀਂ ਉਸ ਨੂੰ ਵਰਤਾਂਗੇ। ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਬਿਆਨ ਆ ਬਈ। ਇੱਥੇ ਜਦੋਂ ਫਾਰਮ ਭਰੋਗੇ ਤੁਸੀਂ, ਉੱਥੇ ਕੀ ਲਿਖਿਆ ਹੋਊ? ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਕਿ ਇੱਕ ਸਾਲ ਦੇ ਵਿੱਚ ਅੱਜ ਕਿੰਨੀਆਂ ਕੁ ਚੀਕਾਂ ਵੱਜ ਗਈਆਂ ਜਿਹੜਾ ਇਹਨਾਂ ਨੇ ਇਲੈਕਸ਼ਨ ਲੜਨ ਦਾ ਸੋਚ ਲਿਆ, ਜਿਹੜੇ 30-30 ਸਾਲ ਦੇ ਬੈਠੇ ਆ ਉਹਨਾਂ ਨੂੰ ਤਾਂ ਕਿਸੇ ਨੇ ਕਢਾਇਆ ਨੀ ਬਾਹਰ। ਯਾਨੀ ਕਿ ਤੁਹਾਡੇ ਹਿਸਾਬ ਨਾਲ ਇਹ ਚੋਣਾਂ ਲੜਨ ਦਾ ਮਤਲਬ ਸਿਰਫ ਤੇ ਸਿਰਫ ਆਪਣੀ ਰਿਹਾਈ ਨੂੰ ਹੋਰ ਜਿਹੜਾ ਕਿ ਜ਼ੋਰ ਪਾਉਣ ਦੀ ਗੱਲ? ਸਾਰਿਆਂ ਦੇ ਕਿਉਂ ਨੀ ਭਰੇ ਗਏ ਪੇਪਰ? ਸਿਰਫ ਇੱਕ ਭਾਈ ਅੰਮ੍ਰਿਤਪਾਲ ਦੀ ਗੱਲ ਕਿਉਂ ਕੀਤੀ ਜਾ ਰਹੀ ਆ? ਬਾਕੀ ਕਿਉਂ ਨੀ ਕਰਦੇ? ਉਹਨਾਂ ਦਾ ਪਰਿਵਾਰ ਨੀ ਹੈਗਾ? ਨਹੀਂ, ਉਹਨਾਂ ਨੇ ਬਿਆਨ ਦਿੱਤਾ ਇੱਕ ਇੰਟਰਵਿਊ ਦੇ ਵਿੱਚ, ਮਾਨ ਸਾਹਿਬ ਨੇ ਕਹਿੰਦੇ ਕਿ ਘੋੜੇ ਨੂੰ ਅਸੀਂ ਖੂਹ ਤੱਕ ਤਾਂ ਲਿਜਾ ਸਕਦੇ ਹਾਂ, ਪਰ ਹੁਣ ਜੇ ਪਾਣੀ ਉਹਨੇ ਪੀਣਾ ਹੈ ਤਾਂ ਉਹਦੀ ਮਰਜ਼ੀ ਆ, ਉੱਥੇ ਜਾ ਕੇ ਵੀ ਨਾ ਪੀਵੇ। ਯਾਨੀ ਕਿ ਹੋ ਸਕਦਾ ਵੀ ਅੰਮ੍ਰਿਤਪਾਲ ਵੱਲੋਂ ਨਾ ਕਰ ਦਿੱਤੀ ਗਈ ਹੋਵੇ ਚੋਣ ਨਿਸ਼ਾਨ ਨੂੰ ਲੈ ਕੇ ਜਾਂ ਕੁਛ। ਤੇ ਜਿਹੜੇ ਬਾਕੀ ਸਿੰਘ ਬੈਠੇ ਨੇ ਉਹਨਾਂ ਦਾ ਕੀ ਕਸੂਰ ਆ ਫਿਰ, ਜਿਹੜੇ ਇਹਨਾਂ ਨੇ ਨਾਲ ਗਏ ਨੇ ਫਸ ਕੇ? ਉਹਨਾਂ ਨੇ ਕਿਉਂ ਨੀ ਪੇਪਰ ਭਰੇ ਫਿਰ? ਯਾਦ ਦੇ ਤੌਰ ਤੇ ਪ੍ਰਧਾਨ ਮੰਤਰੀ ਬਾਜੇ ਕੇ ਤੇ ਉੱਧਰੋਂ ਏਰੀਏ ਭਰ ਦਿੰਦੇ, ਦਜੀਤ ਕਲਸੀ ਦੇ ਮੋਹਾਲੀ ਤੋਂ ਭਰ ਦਿੰਦੇ, ਉਹਨਾਂ ਨੇ ਕਿਉਂ ਨੀ ਭਰੇ ਪੇਪਰ ਫਿਰ? ਇੱਕ ਸਾਲ ਦੇ ਵਿੱਚ ਭਾਜੀ ਕਦੇ ਕੋਈ ਵੀਡੀਓ ਆ ਜਾਂਦੀ ਆ, ਕਦੇ ਕੋਈ ਆਡੀਓ ਆ ਜਾਂਦੀ ਆ, ਕਦੇ ਕੋਈ ਵੀਡੀਓ ਆ ਜਾਂਦੀ ਆ। ਜਿਹੜੇ 30-30 ਸਾਲ ਦੇ ਅੰਦਰ ਬੈਠੇ ਨੇ ਉਹਨਾਂ ਦੀ ਅੱਜ ਤੱਕ ਵੀ ਇੱਕ ਛੋਟੀ ਜਿਹੀ ਕਲਿੱਪ ਬਾਹਰ ਨਹੀਂ ਆਈ ਕਦੇ। ਜੇਲ੍ਹ ਇਹ ਵੀ ਆ, ਜੇਲ੍ਹ ਉਹ ਵੀ ਆ। ਆਪਣੇ ਸਿਮਰਜੀਤ ਮਾਨ ਨੇ ਕੀ ਬਿਆਨ ਦਿੱਤਾ ਸੀ ਕਿ ਭਾਈ ਜਿਹੜੇ ਜੇਲ੍ਹ 'ਚ ਬੈਠੇ ਨੇ ਅਸੀਂ ਉਹਨਾਂ ਨੂੰ ਟਿਕਟਾਂ ਪਹਿਲਾਂ ਪਹਿਲ ਦੇ ਆਧਾਰ ਤੇ ਦੇਵਾਂਗੇ। ਕਿਸੇ ਨੂੰ ਦਿੱਤੀ ਟਿਕਟ ਇਹਨਾਂ ਨੇ? ਦਿੱਤੀ ਕਿਹਨੂੰ? ਸਿਰਫ ਇੱਕ ਨਿਸ਼ਾਨ, ਉਹ ਘੋਨੇ ਮੋਨੇ ਆਪਣੇ ਦਾੜੀ ਰੰਗਣ ਵਾਲੇ ਲੱਖੇ ਸਿਧਾਣੇ ਨੂੰ ਸਿਰਫ ਇੱਕ। ਫੇਰ ਬਾਅਦ ਚੋਂ ਮੁੱਕਰ ਗਏ, ਕਹਿੰਦੇ ਜਿਸ ਦਾ ਬਿਆਨ ਨਹੀਂ ਦਿੱਤਾ। ਬਿਆਨ ਹਜੇ ਵੀ ਪਿਆ ਵਾ ਮੀਡੀਆ 'ਚ ਉਹ। ਜਦੋਂ ਇਹਨਾਂ ਦੇ ਆਪਣੇ ਭਾਈ ਅੰਮ੍ਰਿਤਪਾਲ ਦੇ ਵਕੀਲ ਸਾਹਿਬ ਨੇ ਜਦੋਂ ਅਨਾਊਂਸ ਕਰਤਾ, ਇਹਨਾਂ ਦੇ ਮਾਂ ਬਾਪ ਨੇ ਜਦੋਂ ਆਜ਼ਾਦ ਉਮੀਦਵਾਰ ਅਨਾਊਂਸ ਕਰਤਾ, ਉਸ ਤੋਂ ਅਗਲੇ ਦਿਨ ਹੀ ਬਲੇਰ ਸਾਹਿਬ ਕਹਿੰਦੇ ਮੈਂ ਆਪਣਾ ਸਾਰਾ ਸਮਰਥਨ ਇਹਨਾਂ ਨੂੰ ਦਊਂਗਾ ਆਪਣੀ ਪਾਰਟੀ ਵੱਲੋਂ। ਸਮਰਥਨ ਦੇ ਰਹੇ ਨੇ, ਨਾ ਕਿ ਚੋਣ ਨਿਸ਼ਾਨ ਦਿੱਤਾ। ਹਜੇ ਵੀ ਆਜ਼ਾਦ ਤੌਰ ਤੇ ਨਾਲ ਲੜ ਰਹੇ ਨੇ ਉਹ। ਮੈਂ ਮਾਨ ਸਾਹਿਬ ਨੂੰ ਇੱਕ ਚੀਜ਼ ਪੁੱਛਦਾ, ਜੇ ਤੁਸੀਂ ਆਪਣੇ ਕੰਮਾਂ ਕਰਕੇ ਜਿੱਤੇ ਹੋ, ਫਿਰ ਦੁਬਾਰਾ ਆਪਣੇ ਜਿਹੜੇ ਆਪਣੇ ਪੋਸਟਰ ਨੇ ਉਹਦੇ ਵਿੱਚ ਦੀਪ ਸਿੱਧੂ ਦੀ, ਸਿੱਧੂ ਮੂਸੇ ਵਾਲੇ ਦੀ ਫੋਟੋ ਕਿਉਂ ਦੁਬਾਰਾ ਲਾਈ ਹੋਈ ਹੈ ਫਿਰ ਵਿੱਚ? ਬਹੁਤ ਲੋਕ ਤੁਹਾਡੇ ਖਿਲਾਫ ਵੀ ਇਹ ਕਹਿ ਰਹੇ ਆ ਕਿ ਇਹ ਤਾਂ ਸਿਰਫ ਬਾਕੀਆਂ ਨੂੰ ਭੰਡਦੇ ਆ, ਆਪ ਇਹਨਾਂ ਨੇ ਕੀ ਕੀਤਾ, ਇੱਕ ਅੱਧੇ ਲੱਖੇ ਨੂੰ ਭੰਡਦੇ ਆ, ਭਾਂਡੇ ਨੂੰ ਭੰਡਦੇ ਆ, ਹੁਣ ਅੰਮ੍ਰਿਤਪਾਲ, ਜੇ ਤੁਸੀਂ ਅੱਜ ਜੋ ਗੱਲਾਂ ਕੀਤੀਆਂ ਹੁਣ ਕਹਿਣਗੇ ਅੰਮ੍ਰਿਤਪਾਲ ਨੂੰ ਭੰਡਦੇ ਆ। ਰਣਜੋਤ ਦਰਾਹੇ ਦਾ ਕੀ ਕੀਤਾ ਕਰਾਇਆ, ਉਹਨਾਂ ਨੇ ਕੀ ਦੇਣਾ? ਰਣਜੋਤ ਜਦੋਂ ਜਾਂਦਾ ਬੱਸ ਚੜ ਕੇ ਜਾਂਦਾ, ਨਾ ਕਿ ਕੋਈ 40 ਲੱਖ ਦੀ ਗੱਡੀ 'ਚ ਜਾਂਦਾ ਵਾ। ਇੱਕ ਪਾਸੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਦੀ ਫੋਟੋ, ਨਾਲ ਲਾਈ ਗਈ ਆ ਭਾਈ ਅੰਮ੍ਰਿਤਪਾਲ ਦੀ ਫੋਟੋ, ਕਿ ਭਾਈ ਅੰਮ੍ਰਿਤਪਾਲ ਦੀ ਕੀ ਕੁਰਬਾਨੀ ਆ ਪੰਜਾਬ ਦੀ, ਜਿਹੜੀ ਉਹਨਾਂ ਦੀ ਸੰਤਾਂ ਦੇ ਨਾਲ ਫੋਟੋ ਲਾਈ ਗਈ ਆ। ਜ਼ਬਰਦਸਤੀ ਬਣਾਇਆ ਜਾ ਰਿਹਾ ਵਾ, ਲੋਕਾਂ ਦੇ ਉੱਪਰ ਥੋਪਿਆ ਜਾ ਰਿਹਾ ਉਹਨਾਂ ਨੂੰ ਬਣਾ ਕੇ। ਜ਼ਬਰਦਸਤੀ ਸੰਤ ਬਣਾਇਆ ਜਾ ਰਿਹਾ, ਕੌਣ ਬਣਾ ਰਿਹਾ, ਕੌਣ ਹੈ ਇਸ ਪਿੱਛੇ ਫਿਰ? ਭਾਈ ਲੋਕੀ ਬਣਾ ਰਹੇ ਨੇ, ਇਹਨਾਂ ਦੀ ਆਪਣੀ ਟੀਮ ਆ, ਇਹਨਾਂ ਦੀ ਆਪਣੀ ਟੀਮ ਆ ਬਾਈ, ਜਿਹੜੀ ਸੋਸ਼ਲ ਮੀਡੀਆ ਤੇ ਬੈਠੀ ਆ, ਜਿਹੜੇ ਅਮਰੀਕਾ ਤੋਂ ਚਲਾਉਂਦੇ ਨੇ ਪੇਜ, ਜਾਂ ਇੱਥੇ ਪੰਜਾਬ 'ਚ ਬੈਠੇ ਜਿਹੜੇ ਚਲਾ ਰਹੇ ਨੇ,
ਅਲੱਗ ਅਲੱਗ ਤਰ੍ਹਾਂ ਦੇ ਪੇਜ, ਉਹ ਫੋਟੋਆਂ ਬਣਾ ਕੇ ਥੱਲੇ ਦੇਖਦੇ ਨੇ ਤੀਰ ਵਾਲਾ ਬਾਬਾ। ਸਾਰੇ ਕਹਿੰਦੇ ਨੇ ਕਿ ਭਾਈ ਅੰਮ੍ਰਿਤਪਾਲ ਨੇ ਲੱਖਾਂ ਦੀ ਗਿਣਤੀ ਲੋਕਾਂ ਨੂੰ ਅੰਮ੍ਰਿਤ ਛਕਾਇਆ। ਜੇ ਲੱਖਾਂ ਦੀ ਗਿਣਤੀ ਤਾਂ ਦਿਖਣੇ ਵੀ ਚਾਹੀਦੇ ਨੇ, ਦਿਖਦਾ ਰਹੇ ਨੀ ਲੱਖਾਂ ਦੇ ਲੋਕ ਕਿ ਭਾਈ ਲੱਖਾਂ ਲੋਕਾਂ ਨੇ ਅੰਮ੍ਰਿਤ ਛਕਿਆ ਹੋਵੇ ਭਾਈ ਅੰਮ੍ਰਿਤਪਾਲ ਕੋਲੋਂ। ਜਦੋਂ ਉੱਥੇ ਮਹਾਰਾਜ ਦੀ ਸਵਾਰੀ ਲੈ ਕੇ ਪਹੁੰਚੇ ਸੀ ਥਾਣੇ, ਉਦੋਂ ਕਿਉਂ ਨੀ ਇਹਨਾਂ ਨੂੰ ਵੋਟਾਂ ਯਾਦ ਆਈਆਂ ਕਿ ਅਸੀਂ ਵੋਟਾਂ ਪਾ ਕੇ ਬੰਦਾ ਕਢਾਵਾਂਗੇ ਆਪਣਾ ਬਾਹਰ? ਉੱਥੇ ਮਹਾਰਾਜ ਦੀ ਸਵਾਰੀ ਲੈ ਕੇ ਕਿਉਂ ਪਹੁੰਚੇ ਸੀ ਇਹ? ਇਹਨ ਮਾਨ ਸਾਹਿਬ ਨੂੰ ਮੇਰਾ ਇੱਕ ਸਵਾਲ ਆ, ਜਦੋਂ ਰਾਸ਼ਟਰਪਤੀ ਦੀ ਚੋਣ ਹੋਈ ਸੀ ਇਹ ਦੱਸ ਦੇਣ ਇਹਨਾਂ ਨੇ ਕਿਹਨੂੰ ਵੋਟ ਪਾਈ ਸੀ? ਸ਼ਿਕਾਲ ਪੰਜਾਬ ਅਨਕਟ ਦੇਖ ਰਹੇ ਹੋ ਤੁਸੀਂ, ਮੈਂ ਕਰਨ ਹਾਂਡਾ। ਪੰਜਾਬ ਦੀ ਸਿਆਸਤ ਇਸ ਵੇਲੇ ਸਿਖਰਾਂ ਤੇ ਹੈ ਕਿਉਂਕਿ ਕੈਂਡੀਡੇਟ ਅਨਾਊਂਸ ਹੋ ਚੁੱਕੇ ਨੇ ਤੇ ਹੋਰ ਵੀ ਜ਼ਿਆਦਾ ਤੇਜ਼ੀ ਜ਼ਰੂਰ ਆਈ ਹੈ ਸਿਆਸਤ ਦੇ ਬਾਜ਼ਾਰ ਦੇ ਵਿੱਚ, ਕਿਉਂਕਿ ਅੰਮ੍ਰਿਤਪਾਲ ਸਿੰਘ ਨੇ ਐਲਾਨ ਕੀਤਾ, ਉਹਨਾਂ ਦੇ ਪਰਿਵਾਰ ਨੇ ਹੁਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਕਿ ਉਹ ਜੇਲ੍ਹ ਦੇ ਵਿੱਚੋਂ ਬੈਠ ਕੇ ਹੀ ਚੋਣਾਂ ਲੜਨਗੇ, MP ਦੀ ਚੋਣ ਲੜਨਗੇ। ਤਾਂ ਵੱਖ ਵੱਖ ਤਰੀਕੇ ਦੀਆਂ ਪੇਸ਼ਕਸ਼ ਵੀ ਹੋ ਰਹੀਆਂ ਨੇ ਉਹਨਾਂ ਦੇ ਮੁਕਾਬਲੇ ਦੇ ਵਿੱਚ। ਵਿਰਸਾ ਸਿੰਘ ਬਲਟੋਹਾ ਵੀ ਨੇ, ਮਾਨ ਹੁਣੀ ਵੀ ਉਹਨਾਂ ਦੇ ਕੋਲ ਗਏ, ਬਲਟੋਹਾ ਹੁਣੀ ਵੀ ਗਏ ਉਹਨਾਂ ਦੇ ਪਰਿਵਾਰ ਕੋਲ ਕਿ ਸਾਡਾ ਸਾਥ ਦਿਓ। ਤਾਂ ਦੇਖਣਾ ਹੋਵੇਗਾ ਕਿ ਕੀ ਬਣੇਗਾ। ਮੇਰੇ ਨਾਲ ਭਾਈ ਰਣਜੋਤ ਰਾਹਾ ਨੇ, ਪੰਜਾਬ ਦੀਆਂ ਹੋਰ ਸੀਟਾਂ ਬਾਰੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਭਾਈ, ਸਤਿ ਸ੍ਰੀ ਅਕਾਲ ਬਾਬੂ, ਸਵਾਗਤ। ਸਤਿ ਸ੍ਰੀ ਅਕਾਲ ਭਾਈ ਜੀ। ਭਾਈ ਜਿਵੇਂ ਮੈਂ ਕਿਹਾ ਕਿ ਅੰਮ੍ਰਿਤਪਾਲ ਦੇ ਆਉਣ ਦੇ ਨਾਲ ਹੋਰ ਵੀ ਜਿਹੜਾ ਕੀ ਹੈ ਲੋਕਾਂ ਦਾ ਵੀ ਰੁਝਾਨ ਵੱਧ ਗਿਆ ਕਿ ਜੇਲ੍ਹ ਦੇ ਵਿੱਚੋਂ ਇਤਿਹਾਸ ਦੇ ਵਿੱਚ ਜਿੰਨੀ ਵਾਰ ਕੋਈ ਚੋਣ ਲੜਿਆ ਤਾਂ ਉਹ ਬਹੁਤ ਇਤਿਹਾਸਕ ਜਿੱਤਾਂ ਵੀ ਹੋਈਆਂ ਨੇ, ਉਹਨਾਂ ਨੇ ਉਸ ਲੀਡਰ ਨੂੰ ਬਣਾ ਦਿੱਤਾ, ਉਸਦਾ ਸਿਆਸੀ ਕਰੀਅਰ ਬਣਾਇਆ। ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ। ਮੁਕਾਬਲੇ ਦੇ ਵਿੱਚ ਇੱਕ ਹੋਰ ਪੰਥਕ ਆਗੂ ਕਹਾਉਣ ਵਾਲੇ ਵਿਰਸਾ ਸਿੰਘ ਬਲਟੋਹਾ ਨੇ, ਉਹ ਕਹਿੰਦੇ ਨੇ ਸਾਡੇ ਤੇ ਬਹੁਤ ਵਾਰ NSA ਲੱਗੀ ਆ। ਮਾਨ ਹੁਣਾਂ ਦੇ ਕੈਂਡੀਡੇਟ ਵੀ ਨੇ, ਗੱਲਾਂ ਕਈ ਚੱਲ ਰਹੀਆਂ ਨੇ ਕਿ ਉਹ ਕੈਂਡੀਡੇਟ ਵਾਪਸ ਲੈਣਗੇ ਜਾਂ ਕਿਉਂ ਵਾਪਸ ਲਿਆ, ਇਹ ਸਾਰੀਆਂ ਗੱਲਾਂ ਉੱਤੇ ਕੀ ਸੋਚਦੇ ਹੋ ਬਈ? ਅੰਮ੍ਰਿਤਪਾਲ ਇਸ ਵਾਰ ਜਿੱਤਣਗੇ? ਬਈ ਗੱਲ ਤਾਂ ਇਸ ਤਰ੍ਹਾਂ ਵਾ ਕਿ ਦੇਖੋ, ਉਮੀਦ ਨਹੀਂ ਸੀਗੀ ਕਿਸੇ ਨੂੰ ਕਿ ਭਾਈ ਅੰਮ੍ਰਿਤਪਾਲ ਸਿੰਘ ਆਜ਼ਾਦ ਦੇ ਤੌਰ ਤੇ ਲੜਨਗੇ ਸੀਟ। ਜੀ ਜੀ, ਪਹਿਲੀ ਗੱਲ ਤਾਂ ਮੈਂ ਦੇਖੋ ਸੰਵਿਧਾਨ ਦੇ ਹਿਸਾਬ ਨਾਲ ਚੱਲਦਾ, ਇਹਨਾਂ ਨੇ ਪਹਿਲਾਂ ਬਿਆਨ ਕੱਢ ਲਈ ਆਪਾਂ ਪਿਛਲੇ ਬਿਆਨ, ਜਦੋਂ ਦੁਬਈ ਚੋਂ ਇਹ ਆਪਣੇ ਇੰਡੀਆ ਨੂੰ ਚੜੇ ਨੇ, ਮਿਸਟਰ ਅੰਮ੍ਰਿਤਪਾਲ ਸੀਗੇ ਇਹ ਜਦੋਂ ਦੁਬਈ ਤੋਂ ਚੜੇ ਨੇ, ਇਹ ਉੱਤਰਦੇ ਸਾਰ ਹੀ ਇਹ ਭਾਈ ਅੰਮ੍ਰਿਤਪਾਲ ਬਣ ਗਏ, ਠੀਕ ਨੀ? ਆਪਾਂ ਇਹਨਾਂ ਨੇ ਹੁਣ ਜਦੋਂ ਇਹ ਵਾਪਸ ਆ ਕੇ ਪੰਜਾਬ ਆਏ ਨੇ, ਪੰਜਾਬ ਆ ਕੇ ਇਹਨਾਂ ਨੇ ਜੋ ਆਪਣੇ ਤੁਹਾਨੂੰ ਪਤਾ ਹੀ ਆ ਲਗਜ਼ਰੀ ਆਪਣੇ ਗੱਡੀਆਂ ਆ ਗਈਆਂ, ਹੋਰ ਆ ਗਿਆ ਸਾਰਾ ਕੁਛ, ਚਲੋ ਉਸ ਗੱਲ ਤੇ ਵੀ ਆ ਗਏ ਆਪਾਂ। ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਦੇਖੋ ਮਾਨ ਸਾਹਿਬ ਵੀ ਇੱਕ ਚੀਜ਼ ਕਹਿੰਦੇ ਪਏ ਨੇ, ਕਹਿੰਦੇ ਸੀਗੇ ਸ਼ੁਰੂ ਚ ਕਿ ਮੈਂ ਸੰਵਿਧਾਨ ਨੂੰ ਨੀ ਮੰਨਦਾ ਜੀ, ਮੈਂ ਇਸ ਚੀਜ਼ ਨੂੰ ਨੀ ਮੰਨਦਾ, ਬਾਅਦ ਚੋਂ ਮਾਨ ਸਾਹਿਬ ਨੇ ਉਸੇ ਸੰਵਿਧਾਨ ਦੀ ਸਹੁੰ ਚੱਕ ਲਈ। ਹੁਣ ਇਹੀ ਭਾਈ ਆਪਣੇ ਇਹੀ ਗੱਲ ਭਾਈ ਅੰਮ੍ਰਿਤਪਾਲ ਵੀ ਕਹਿੰਦੇ ਨੇ, ਮੈਂ ਸੰਵਿਧਾਨ ਨੂੰ ਨੀ ਮੰਨਦਾ ਜੀ, ਇੰਡੀਆ ਦੇ ਲਾਅ ਨੂੰ ਨੀ ਮੰਨਦਾ ਜੀ, ਮੈਂ ਇਹਨਾਂ ਦਾ ਆਪਣੇ ਉਹਨਾਂ ਦੇ ਸਮਰਥਕ ਇੱਕ ਵੀਡੀਓ ਰਾਹੀਂ ਦੇ ਰਹੇ ਨੇ ਜਿਸ ਦੇ ਵਿੱਚ ਅੰਮ੍ਰਿਤਪਾਲ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਭਾਵੇਂ ਸੰਵਿਧਾਨ ਨੇ ਸਾਡਾ ਸੁਧਾਰਨਾ ਕੁਛ ਨਹੀਂ, ਪਰ ਜਿੱਥੇ ਅਸੀਂ ਇਹਨੂੰ ਵਰਤ ਸਕਦੇ ਹਾਂ, ਅਸੀਂ ਗੁਲਾਮ ਕੌਮ ਅਸੀਂ ਉਸਨੂੰ ਵਰਤਾਂਗੇ। ਤਾਂ ਕੀ ਇਹ ਉਹੀ ਵਰਤੋਂ ਕੀਤੀ ਜਾ ਰਹੀ ਹੈ ਜੇਲ੍ਹ ਚੋਂ ਬਾਹਰ? ਨਹੀਂ ਨਹੀਂ ਨਹੀਂ, ਉਸ ਚੀਜ਼ ਦੀ ਵਰਤੋਂ ਨਹੀਂ ਹੋ ਰਹੀ, ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਬਿਆਨ ਆ ਬਈ। ਤੁਸੀਂ ਜਦੋਂ ਫਾਰਮ ਭਰੋਗੇ ਤੁਸੀਂ ਉੱਥੇ ਕੀ ਲਿਖਿਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਉੱਥੇ ਮੋਹਰ ਵੀ ਲੱਗਣੀ ਆ, ਸਾਰੇ ਫਾਰਮ ਪੂਰਾ ਭਰਨਾ। ਉਹ ਜਿਹੜਾ ਫਾਰਮ ਪੂਰਾ ਭਰੋਗੇ ਉਹਦੇ ਵਿੱਚ ਜਿਹੜੇ ਆਪਣੇ ਤੁਸੀਂ ਪ੍ਰੂਫ ਦੇਣੇ ਨੇ ਉਹ ਸਾਰੇ ਇੰਡੀਆ ਦੇ ਨੇ, ਉਸੇ ਸੰਵਿਧਾਨ ਥੱਲੇ ਬਣੇ ਹੋਏ ਨੇ ਸਾਰੇ। ਫਿਰ ਦੂਜੀ ਗੱਲ, ਜੇ ਇਹ ਜਿੱਤ ਗਏ ਫਿਰ ਇਹ ਸਹੁੰ ਚੱਕਣਗੇ ਕਿ ਨਹੀਂ ਚੱਕਣਗੇ, ਪਹਿਲਾਂ ਇਹ ਦੱਸ ਦੇਣ। ਮੇਨ ਗੱਲ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਬਾਈ, ਦੇਖੋ ਮੈਂ ਇੱਕ ਸਵਾਲ ਆ ਬਹੁਤ ਸਾਡੇ ਹਰੇਕ ਬੰਦਾ ਪੁੱਛ ਰਿਹਾ
ਕਿ ਇੱਕ ਸਾਲ ਦੇ ਵਿੱਚ ਅਜਿਹੀਆਂ ਕਿੰਨੀਆਂ ਕੁ ਚੀਕਾਂ ਵੱਜ ਗਈਆਂ ਜਿਹੜਾ ਇਹਨਾਂ ਨੇ ਇਲੈਕਸ਼ਨ ਲੜਨ ਦਾ ਸੋਚ ਲਿਆ। ਇੱਕ ਸਾਲ 'ਚ ਅਜਿਹੀਆਂ ਕਿਹੜੀਆਂ ਚੀਕਾਂ ਵੱਜ ਪਈਆਂ ਇਹਨਾਂ ਦੀਆਂ, ਜਿਹੜੇ 30-30 ਸਾਲ ਦੇ ਬੈਠੇ ਆ ਉਹਨਾਂ ਨੂੰ ਤਾਂ ਕਿਸੇ ਨੇ ਕਢਾਇਆ ਨੀ ਬਾਹਰ। ਮੈਂ ਮਾਨ ਸਾਹਿਬ ਦੀ ਆ ਜਾਂਦਾ, ਯਾਨੀ ਕਿ ਤੁਹਾਡੇ ਹਿਸਾਬ ਨਾਲ ਇਹ ਚੋਣਾਂ ਲੜਨ ਦਾ ਮਤਲਬ ਸਿਰਫ ਤੇ ਸਿਰਫ ਆਪਣੀ ਰਿਹਾਈ ਨੂੰ ਹੋਰ ਜਿਹੜਾ ਕਿ ਜ਼ੋਰ ਪਾਉਣ ਦੀ ਗੱਲ ਹੈ। ਬਾਈ ਇੱਕ ਚੀਜ਼ ਦੱਸੋ ਤੁਸੀਂ, ਪਹਿਲਾਂ ਜਦੋਂ ਵੀ ਕੋਈ ਲੀਡਰ ਆਪਣਾ ਲੀਡਰ ਪਹਿਲਾਂ ਦੇਖੋ, ਇੱਕ ਸਿਪਾਹੀ ਵੀ ਹੋ ਆਪਣਾ ਮੇਨ ਆਪਣੇ ਸਿਪਾਹੀ ਵੀ ਹੁੰਦਾ ਨਾ, ਪਹਿਲਾਂ ਆਪਣੇ ਨਾਲਦਿਆਂ ਨੂੰ ਬਚਾਉਂਦਾ ਹੁੰਦਾ ਫਿਰ ਆਪ ਬਚਦਾ ਹੁੰਦਾ, ਠੀਕ ਨੀ? ਇੱਥੇ ਕੀ ਆ, ਇਹ ਆਪਣੇ ਆਪ ਨੂੰ ਬਚਾ ਰਹੇ ਨੇ, ਜਿਹੜੇ ਨਾਲ ਇਹਨਾਂ ਦੇ ਹੋਰ ਪਾਸੇ ਨੇ ਉਹ ਸਿੰਘਾਂ ਨੂੰ ਕਿਵੇਂ ਬਾਹਰ ਕੱਢਣਗੇ ਫਿਰ? ਇਹ ਪ੍ਰਧਾਨ ਮੰਤਰੀ ਬਾਜੇ ਕੇ ਹੋ ਗਏ, ਆਪਣੇ ਦਲਜੀਤ ਕਲਸੀ ਜਾਂ ਹੋਰ ਜਿਹੜੇ ਸਿੰਘ ਬੈਠੇ ਨੇ ਉਹਨਾਂ ਨੂੰ ਕਿਵੇਂ ਕੱਢਣਗੇ ਫਿਰ ਬਾਹਰ? ਇਹ ਚਲੋ ਇਹਨਾਂ ਨੂੰ ਤਾਂ MP ਬਣਾ ਕੇ ਕੱਢ ਲਓਗੇ, ਜ਼ਿਆਦਾ ਫਿਰ ਸਾਰਿਆਂ ਦੇ ਪੇਪਰ ਭਰੋ। ਸਾਰਿਆਂ ਦੇ ਕਿਉਂ ਨੀ ਭਰੇ ਗਏ ਪੇਪਰ? ਸਿਰਫ ਇੱਕ ਭਾਈ ਅੰਮ੍ਰਿਤਪਾਲ ਦੀ ਗੱਲ ਕਿਉਂ ਕੀਤੀ ਜਾ ਰਹੀ ਆ, ਬਾਕੀ ਇਹਨੂੰ ਕਿਉਂ ਨੀ ਕਰਦੇ? ਉਹਨਾਂ ਦਾ ਪਰਿਵਾਰ ਨੀ ਹੈਗਾ? ਜਿਹੜਾ ਇੱਕ ਮੁਖੀ ਹੁੰਦਾ, ਮੁਖੀ ਪਹਿਲਾਂ ਆਪਣੇ ਪਰਿਵਾਰ ਨੂੰ ਦੇਖਦਾ ਹੁੰਦਾ ਆਪਣੇ ਨਾਲੋਂ ਪਹਿਲਾਂ। ਇੱਥੇ ਕੀ ਆ, ਪਹਿਲਾਂ ਆਪਣੇ ਆਪ ਨੂੰ ਦੇਖਿਆ ਜਾ ਰਿਹਾ ਸੇਫ, ਕਿ ਮੈਂ ਸੇਫ ਹੋ ਜਾਵਾਂ, ਮੈਂ ਕਿਸੇ ਤਰ੍ਹਾਂ ਵੀ ਬਾਹਰ ਨਿਕਲਿਆ ਵਾਂ ਬਸ। ਜਿਹੜੇ ਦੇਖੋ ਤੁਸੀਂ ਇੱਕ ਗੱਲ ਦੇਖੋ, ਜਦੋਂ ਪਿਛਲੀ MP ਇਲੈਕਸ਼ਨ ਹੋਈ ਆ ਉਹਦੇ ਵਿੱਚ ਭੈਣ ਕਮਲਦੀਪ ਕੌਰ ਰਾਜੋਆਣਾ ਦੀ ਆਪਣੇ ਤੁਸੀਂ ਲੋਕਾਂ ਨੇ ਕਿੰਨਾ ਵਿਰੋਧ ਕੀਤਾ ਉਹਨਾਂ ਦਾ। ਮਾਨ ਸਾਹਿਬ ਨੇ ਵੀ ਸਪੋਰਟ ਨਹੀਂ ਦਿੱਤੀ ਉਹਨਾਂ ਨੂੰ। ਰਾਜੋਆਣਾ ਸਾਹਿਬ ਦੀ ਕਿੱਡੀ ਕੁਰਬਾਨੀ ਆ ਪੰਜਾਬ ਆਪਣੇ ਪੰਜਾਬ ਵਾਸਤੇ। ਪਰ ਮਾਨ ਸਾਹਿਬ ਬਾਰੇ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਮਾਨ ਸਾਹਿਬ ਇਸ ਵਾਰ ਅੰਮ੍ਰਿਤਪਾਲ ਹੁਣਾਂ ਨੂੰ ਇਹ ਗੁਜ਼ਾਰਿਸ਼ ਕਰ ਰਹੇ ਨੇ ਕਿ ਤੁਸੀਂ ਸਾਡੇ ਚੋਣ ਨਿਸ਼ਾਨ ਤੋਂ ਲੜ ਲਓ, ਅਸੀਂ ਆਪਣਾ ਉਮੀਦਵਾਰ ਵਾਪਸ ਲੈ ਲਾਂਗੇ। ਚਰਚਾਵਾਂ ਕਈ ਸਾਰੀਆਂ ਨੇ। ਨਹੀਂ, ਉਮੀਦਵਾਰ ਵਾਪਸ ਲੈਣ ਦੀ ਗੱਲ ਨੀ ਹੈਗੀ ਭਾਜੀ। ਪਹਿਲਾਂ ਤੁਸੀਂ ਇਹ ਦੇਖੋ, ਅੱਜ ਤੋਂ ਮਹੀਨਾ ਪਹਿਲਾਂ ਬਿਆਨ ਕੀ ਦਿੱਤਾ ਸੀ ਭਾਈ ਆਪਣੇ ਇਹਨਾਂ ਨੇ, ਸੋਰੀ ਭਾਈ ਅੰਮ੍ਰਿਤਪਾਲ ਕਹਿਤਾ, ਮੈਂ ਆਪਣੇ ਸਿਮਰਜੀਤ ਮਾਨ ਨੇ ਕੀ ਬਿਆਨ ਦਿੱਤਾ ਸੀ ਕਿ ਭਾਈ ਜਿਹੜੇ ਜੇਲ੍ਹ ਚ ਬੈਠੇ ਨੇ ਅਸੀਂ ਉਹਨਾਂ ਨੂੰ ਰੇਟਾਂ ਪਹਿਲਾਂ ਪਹਿਲ ਦੇ ਆਧਾਰ ਤੇ ਦੇਵਾਂਗੇ। ਕਿਸੇ ਨੂੰ ਦਿੱਤੀ ਰੇਟ ਇਹਨਾਂ ਨੇ? ਦਿੱਤੀ ਕਿਹਨੂੰ? ਸਿਰਫ ਇੱਕ ਨਿਸ਼ਾਨ, ਉਹ ਕੋਨੇ ਮੋਨੇ ਆਪਣੇ ਦਾੜੀ ਰੰਗਣ ਵਾਲੇ ਲੱਖੇ ਸਿਧਾਣੇ ਨੂੰ ਸਿਰਫ ਇੱਕ। ਜਦੋਂ ਇਹਨਾਂ ਨੇ ਕਿਹਾ ਸੀ ਉਦੋਂ ਕਿਉਂ ਫਿਰ ਇਹ ਬਿਆਨ ਦਿੱਤਾ ਸੀ ਪਬਲਿਕ ਦੇ ਵਿੱਚ? ਫਿਰ ਬਾਅਦ ਚੋਂ ਮੁੱਕਰ ਗਏ, ਕਹਿੰਦੇ ਜਿਸ ਦਾ ਬਿਆਨ ਨਹੀਂ ਦਿੱਤਾ। ਬਿਆਨ ਹਜੇ ਵੀ ਪਿਆ ਵਾ ਮੀਡੀਆ 'ਚ ਉਹ। ਜਦੋਂ ਇਹਨਾਂ ਦੇ ਆਪਣੇ ਭਾਈ ਅੰਮ੍ਰਿਤਪਾਲ ਦੇ ਵਕੀਲ ਸਾਹਿਬ ਨੇ ਜਦੋਂ ਅਨਾਊਂਸ ਕਰਤਾ, ਇਹਨਾਂ ਦੇ ਮਾਂ ਬਾਪ ਨੇ ਜਦੋਂ ਆਜ਼ਾਦ ਉਮੀਦਵਾਰ ਅਨਾਊਂਸ ਕਰਤਾ, ਉਸ ਤੋਂ ਅਗਲੇ ਦਿਨ ਹੀ ਬਲੇਅਰ ਸਾਹਿਬ ਕਹਿੰਦੇ ਮੈਂ ਆਪਣਾ ਸਾਰਾ ਸਮਰਥਨ ਇਹਨਾਂ ਨੂੰ ਦਊਂਗਾ ਆਪਣੀ ਪਾਰਟੀ ਵੱਲੋਂ। ਸਮਰਥਨ ਦੇ ਰਹੇ ਨੇ, ਨਾ ਕਿ ਚੋਣ ਨਿਸ਼ਾਨ ਦਿੱਤਾ। ਹਜੇ ਵੀ ਆਜ਼ਾਦ ਤੌਰ ਤੇ ਨਾਲ ਲੜ ਰਹੇ ਨੇ ਉਹ। ਨਹੀਂ, ਉਹਨਾਂ ਨੇ ਬਿਆਨ ਦਿੱਤਾ ਇੱਕ ਇੰਟਰਵਿਊ ਦੇ ਵਿੱਚ ਮਾਨ ਸਾਹਿਬ ਨੇ, ਕਹਿੰਦੇ ਕਿ ਘੋੜੇ ਨੂੰ ਅਸੀਂ ਖੂਹ ਤੱਕ ਤਾਂ ਲਿਜਾ ਸਕਦੇ ਹਾਂ, ਪਰ ਹੁਣ ਜੇ ਪਾਣੀ ਉਹਨੇ ਪੀਣਾ ਹੈ ਤਾਂ ਉਹਦੀ ਮਰਜ਼ੀ ਆ, ਉੱਥੇ ਜਾ ਕੇ ਵੀ ਨਾ ਪੀਵੇ। ਯਾਨੀ ਕਿ ਹੋ ਸਕਦਾ ਵੀ ਅੰਮ੍ਰਿਤਪਾਲ ਵੱਲੋਂ ਨਾ ਕਰ ਦਿੱਤੀ ਗਈ ਹੋਵੇ ਚੋਣ ਨਿਸ਼ਾਨ ਨੂੰ ਲੈ ਕੇ ਜਾਂ ਕੁਛ। ਬਾਈ ਫਿਰ ਜੇ ਨਹੀਂ, ਮੈਨੂੰ ਇੱਕ ਗੱਲ ਦੀ, ਨਿਸ਼ਾਨ ਨੂੰ ਲੈ ਕੇ ਇਹੀ ਤਾਂ ਕਨਫਿਊਜ਼ਨ ਚੱਲ ਰਹੀ ਹੈ ਆਪਣੇ, ਕਿ ਨਿਸ਼ਾਨ ਨੂੰ ਜੇ ਤੁਸੀਂ ਵੋਟਾਂ ਹੀ ਲੜਨੀਆਂ ਨੇ ਆਜ਼ਾਦ ਦੇ ਤੌਰ ਤੋਂ ਨਾਲ, ਫਿਰ ਉਹਦਾ ਨਿਸ਼ਾਨ ਕਿਉਂ ਨੀ ਲਿਆ ਮਾਨ ਸਾਹਿਬ ਦਾ? ਕਿਉਂ ਨੀ ਲਿਆ ਗਿਆ? ਦੂਜੀ ਗੱਲ, ਫਿਰ ਜਿਹੜੇ ਬਾਕੀ ਸਿੰਘ ਬੈਠੇ ਨੇ ਉਹਨਾਂ ਦਾ ਕੀ ਕਸੂਰ ਆ ਫਿਰ? ਜਿਹੜੇ ਇਹਨਾਂ ਨੇ ਨਾਲ ਗਏ ਨੇ ਫਸ ਕੇ, ਉਹਨਾਂ ਦੇ ਕਿਉਂ ਨੀ ਪੇਪਰ ਭਰੇ ਫਿਰ ਆਜ਼ਾਦ ਦੇ ਤੌਰ ਤੇ? ਪ੍ਰਧਾਨ ਮੰਤਰੀ ਬਾਜੇ ਕੇ ਉਧਰੋਂ ਏਰੀਏ ਭਰ ਦਿੰਦੇ, ਦਲਜੀਤ ਕਲਸੀ ਦੇ ਮੋਹਾਲੀ ਤੋਂ ਭਰ ਦਿੰਦੇ, ਉਹਨਾਂ ਨੇ ਕਿਉਂ ਨੀ ਭਰੇ ਪੇਪਰ? ਫਿਰ ਆਪਣੇ ਕੱਲਿਆਂ ਦਾ ਕਿਉਂ ਸੋਚਿਆ ਗਿਆ? ਫਿਰ ਇੱਕ ਸਾਲ ਜਾਂ ਕੀ ਹੋ ਗਿਆ? ਇੱਕ ਸਾਲ ਦੇ ਵਿੱਚ ਭਾਜੀ ਕਦੇ ਕੋਈ ਵੀਡੀਓ ਆ ਜਾਂਦੀ ਆ, ਕਦੇ ਕੋਈ ਆਡੀਓ ਆ ਜਾਂਦੀ ਆ, ਕਦੇ ਕੋਈ ਕੋਈ ਵੀਡੀਓ ਆ ਜਾਂਦੀ ਆ। ਜਿਹੜੇ 30-30 ਸਾਲ ਦੇ ਅੰਦਰ ਬੈਠੇ ਨੇ ਉਹਨਾਂ ਦੀ ਅੱਜ ਤੱਕ ਵੀ ਇੱਕ ਛੋਟੀ ਜਿਹੀ ਕਲਿੱਪ ਬਾਹਰ ਨਹੀਂ ਆਈ ਕਦੇ। ਜੇਲ੍ਹ ਇਹ ਵੀ ਆ, ਜੇਲ੍ਹ ਉਹ ਵੀ ਆ। ਇਸ ਗੱਲ ਉੱਤੇ ਜ਼ੋਰ ਦਿੰਦੇ ਆ, ਪਹਿਲਾਂ ਵਿਰਸਾ ਸਿੰਘ ਬਟੋਹਾ ਉਹਨਾਂ ਦੇ ਪਰਿਵਾਰ ਕੋਲ ਜਾਂਦੇ ਨੇ, ਕਹਿੰਦੇ ਨੇ ਸਾਡਾ ਸਾਥ ਦਿਓ। ਬਾਅਦ ਦੇ ਵਿੱਚ ਉਹਨਾਂ ਦਾ ਇੱਕ ਬਿਆਨ ਆਇਆ ਵੀ ਇਹ ਤਾਂ ਇਹਨਾਂ ਦਾ ਤਾਂ ਨਾਮ ਹੀ RSS ਦੇ ਬੰਦਿਆਂ ਨੇ ਅਨਾਊਂਸ ਕੀਤਾ, ਇਹਦਾ ਏਜੰਸੀਆਂ ਦੇ ਬੰਦੇ ਨੇ ਅੰਮ੍ਰਿਤਪਾਲ ਨੂੰ ਕਹਿੰਦੇ ਵਿਰਸਾ ਸਿੰਘ ਬਟੋਹਾ। ਦੇਖੋ ਜਿਹੜੇ ਉਹਨਾਂ ਦੇ ਵਕੀਲ ਸਾਹਿਬ ਨੇ ਉਹ ਤਾਂ ਸਰਿਆਮ ਹੀ ਤੁਹਾਨੂੰ ਸਾਹਮਣੇ ਹੀ ਆ ਸਾਰਾ ਕੁਝ ਉਹਨਾਂ ਦਾ ਆਨ ਰਿਕਾਰਡ। ਅੱਜ ਵੀ ਮੈਂ ਆਪਣੇ ਇੰਟਰਵਿਊ ਦੇਖ ਰਿਹਾ ਸੀ ਆਪਣੇ ਆਪਣੇ ਬਟੋਹਾ ਸਾਹਿਬ ਦੀ, ਉਹ ਤਾਂ ਸਰਿਆਮ ਕਹਿ ਰਹੇ ਨੇ, ਕਹਿੰਦੇ ਜਿਹੜੇ ਉਹਨਾਂ ਦੇ ਵਕੀਲ ਨੇ ਰਾਜਦੇਵ ਖਾਲਸਾ ਤਾਂ ਹੈ ਹੀ RSS ਦੇ ਬੰਦੇ ਆ, ਉਹ ਤਾਂ ਆਪਣੇ ਸਪੋਰਟ ਕਰ ਰਹੇ ਨੇ ਸਗੋਂ RSS ਨੂੰ।
ਪੁਰਾਣੀ ਵੀਡੀਓ ਘਰ ਚੱਕ ਲਓ, ਕਹਿੰਦੇ ਉਹਨਾਂ ਦੀ ਇਹਨਾਂ ਨੇ ਕਿਹਾ ਵਾ ਕਿ ਆਰਐਸਐਸ ਕਦੇ ਵੀ ਸਿੱਖਾਂ ਦੇ ਖਿਲਾਫ ਨਹੀਂ ਹੈਗੀ, ਇਹ ਬਿਆਨ ਪਏ ਨੇ ਔਰ ਰਿਕਾਰਡ ਜੀ। ਆ ਹੁਣ ਵੀ ਵੀਡੀਓ ਚੱਲ ਰਹੀ ਹੈ ਬਲਡੋਆ ਸਾਹਿਬ ਦੀ, ਅੱਜ ਵੀ ਉਹ ਉਹਨਾਂ ਨੂੰ ਕਹਿ ਰਹੇ ਨੇ, ਰਾਜਦੇਵ ਖਾਲਸਾ ਉਹਨਾਂ ਨੂੰ ਕਹਿ ਰਹੇ ਬਲਡੋਆ ਸਾਹਿਬ ਨੂੰ, ਬਲਡੋਆ ਸਾਹਿਬ ਉਹਨਾਂ ਨੂੰ ਕਹਿ ਰਹੇ ਕਿ ਆਰਐਸਐਸ ਦੇ। ਹੁਣ ਸਮਝ ਦੇਖੋ ਲੋਕਾਂ ਦੇ ਵਿੱਚ ਕਨਫਿਊਜ਼ਨ ਤਾਂ ਇਹੀ ਆ ਨਾ। ਮੈਂ ਇੱਕ ਚੀਜ਼ ਦੀ ਗੱਲ ਕਰਦਾ ਭਾਜੀ, ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਨੇ ਜੀ, ਜਿਹਨੇ ਐਨਐਸਏ ਲਾ ਕੇ ਭੇਜਿਆ ਡਿਬਰੂਗੜ੍ਹ, ਉਸ ਪਾਰਟੀ ਦੀ ਕੋਈ ਗੱਲ ਹੀ ਨਹੀਂ ਕਰਦਾ। ਉਸ ਪਾਰਟੀ ਦੀ ਗੱਲ ਕੋਈ ਨਹੀਂ, ਕੋਈ ਵੀ ਨਹੀਂ ਕਰਦਾ ਜਿਨ੍ਹਾਂ ਨੇ ਭੇਜਿਆ ਐਨਐਸਏ ਲਾ ਕੇ ਨੌਜਵਾਨਾਂ ਨੂੰ। ਸਾਰੇ ਪਾਸੇ ਇਸ ਸਿਰਫ ਇੱਕ ਹੀ ਗੱਲ ਹੋ ਰਹੀ ਆ, ਸ਼੍ਰੋਮਣੀ ਅਕਾਲੀ ਦਲ ਆਪਣਾ ਕੈਂਡੀਡੇਟ ਵਾਪਸ ਲੈ ਲਵੇ ਜੀ, ਸ਼੍ਰੋਮਣੀ ਅਕਾਲੀ ਦਲ ਆਪਣਾ ਕੈਂਡੀਡੇਟ ਵਾਪਸ ਲੈ ਲਵੇ ਜੀ। ਦੂਜੀ ਗੱਲ ਹੀ ਨਹੀਂ ਕੋਈ ਹੋ ਰਹੀ ਕਿ ਆਪਣੇ ਭਾਈ ਐਨਐਸਏ ਲਾਈ ਹੈ ਨਾ ਸ਼੍ਰੋਮਣੀ ਅਕਾਲੀ ਦਲ ਨੇ ਲਾਈ ਆ, ਇਹ ਕਿਉਂ ਕਨਫਿਊਜ਼ ਆ? ਸਾਨੂੰ ਤਾਂ ਸਮਝ ਨਹੀਂ ਲੱਗਦੀ ਕਿ ਕਨਫਿਊਜ਼ ਕਿਉਂ ਕੀਤਾ ਜਾ ਰਿਹਾ ਲੋਕਾਂ ਨੂੰ। ਫਿਰ ਮੈਂ ਇੱਕ ਚੀਜ਼ ਹੋਰ ਪੁੱਛਦਾ ਮਾਨ ਸਾਹਿਬ ਨੂੰ ਪੁੱਛਦਾ, ਪਹਿਲਾਂ ਤਾਂ ਮਾਨ ਸਾਹਿਬ ਦੀ ਪਾਰਟੀ ਨੂੰ 1 ਮਈ 1994 ਚ ਬਣੀ ਸੀ, 30 ਸਾਲ ਪੂਰੇ ਹੋ ਗਏ ਆ 1 ਮਈ ਨੂੰ। 30 ਸਾਲ ਦੇ ਵਿੱਚ ਇਹਨਾਂ ਨੇ ਜਿਹੜੇ ਆਪਣੇ 30-30 ਸਾਲ ਦੇ ਅੰਦਰ ਬੈਠੇ ਆ ਉਹਨਾਂ ਨੂੰ ਕਿਉਂ ਨੀ ਟਿਕਟਾਂ ਦੇ ਕੇ ਆਪਣੇ ਹੁਣ ਤੱਕ ਬਾਹਰ ਕੱਢਿਆ? ਇਹੀ ਤਾਂ ਸਾਡੇ ਸਵਾਲ ਨੇ। ਤੁਸੀਂ ਕਿਹਾ ਕਿ ਟਿਕਟ ਦਿੱਤੀ ਵੀ ਤਾਂ ਉਸ ਘੋਨੇ ਮੋਨੇ ਨੂੰ, ਲੱਖੇ ਸਿਧਾਣੇ ਦਾ ਤੁਸੀਂ ਨਾਂ ਲਿਆ, ਪਰ ਘੋਨੇ ਮੋਨੇ ਹੁਣ ਤਾਂ ਦਸਤਾਰ ਸਜਾਉਂਦੇ ਨੇ ਲੱਖਾ ਸਿਧਾਣਾ, ਕਹਿੰਦੇ ਨੇ ਮੇਰੇ ਬੇਟਿਆਂ ਦਾ ਨਾਂ ਵੀ ਪੰਜਾਬ ਤੇ ਰੱਖਿਆ, ਬਹੁਤ ਦਰਦ ਆ ਮੈਨੂੰ ਪੰਜਾਬ ਦਾ। ਬਾਈ ਮੈਂ ਕਹਿੰਦਾ ਪੱਗ ਰੱਖਦੇ ਨੇ ਪਰ ਦਾੜੀ ਤਾਂ ਕੱਟੀ ਹੋਈ ਆ, ਸੰਪੂਰਨ ਸਿੱਖ ਤਾਂ ਨੀ ਹੈਗੇ। ਮੇਰੇ ਚੀਜ਼ ਦੱਸੋ, ਦਾੜੀ ਕੱਟੀ ਹੋਈ ਆ, ਰੰਗੀ ਹੋਈ ਆ, ਠੀਕ ਨੀ, ਬਾਲ ਵੀ ਕੱਟੇ ਹੋਏ ਨੇ, ਉਹ ਕਿੱਥੋਂ ਸੰਪੂਰਨ ਹੋ ਗਏ ਸਿੱਖ? ਇੱਕ ਪੱਗ ਰੱਖ ਲੈਣੀ ਤੇ ਆਪਣੇ ਸੰਪੂਰਨ ਸਿੱਖ, ਬਹੁਤ ਫਰਕ ਆ ਭਾਜੀ, ਬਹੁਤ ਫਰਕ ਆ ਜੀ। ਕਿਵੇਂ ਸੀਟ ਨੂੰ ਕਿਵੇਂ ਦੇਖਦੇ ਹੋ? ਹਰਸਿਮਰਤ ਕੌਰ ਬਾਦਲ, ਬਾਦਲ ਪਰਿਵਾਰ ਚੋਂ ਇੱਕੋ ਇੱਕ ਉਮੀਦਵਾਰ ਇਸ ਵਾਰ ਚੋਣ ਮੈਦਾਨ ਦੇ ਵਿੱਚ, ਉਧਰੋਂ ਮੂਸੇਵਾਲੇ ਦੇ ਪਿਤਾ ਕਾਂਗਰਸ ਦੇ ਨਾਲ ਵੀ ਉਹਨਾਂ ਦੀ ਜਿਹੜਾ ਕੀ ਹੈ, ਇਸ ਵਾਰ ਦੇਖਣਾ ਹੋਏਗਾ ਕੀ ਰੰਗ ਆਉਂਦਾ, ਤੇ ਲੱਖਾ ਸਿਧਾਣਾ ਵੀ ਆ, ਫੁੱਡੀਆਂ ਸਾਹਿਬ ਵੀ ਨੇ, ਉਹ ਸੀਟ ਵੀ ਬਹੁਤ ਹੌਟ ਸੀਟ ਆ, ਉੱਥੇ ਕੀ ਲੱਗਦਾ ਲੱਖਾ ਸਿਧਾਣਾ ਇੰਪੈਕਟ ਪਾਉਣਗੇ, ਹਰਸਿਮਰਤ ਬਾਦਲ ਬਾਜ਼ੀ ਮਾਰਨਗੇ ਜਾਂ ਮੂਸੇਵਾਲੇ ਦੇ ਪਿਤਾ ਨੂੰ ਜਿਹੜਾ ਵੋਟ ਮਿਲੇਗੀ? ਬਾਈ ਫਾਈਟ ਹੈਗੀ ਦੋ ਬੰਦਿਆਂ ਚ, ਕਾਂਗਰਸ ਤੇ ਅਕਾਲੀ ਦਲ ਚ ਫਸਵੀ ਆ ਬਠਿੰਡੇ ਜੀ। ਹੋਰ ਪਾਰਟੀਆਂ ਦਾ ਤਾਂ ਜਾਣੀ ਜਾਂ ਲੱਖੇ ਦਾ ਤਾਂ ਤੁਸੀਂ ਇਹ ਦੇਖ ਲਓ, ਲੱਖਾਂ ਲੋਕਾਂ ਨੂੰ ਤਾਂ ਕਹਿੰਦਾ ਪਿਆ ਕਿ ਦਲ ਬਦਲੋ, ਇੱਧਰੋਂ ਇੱਧਰ, ਇੱਧਰੋਂ ਇੱਧਰ, ਇਹਨੇ ਆਪ ਚੌਥੀ ਪਾਰਟੀ ਜੁਆਇਨ ਕੀਤੀ ਆ। ਪਹਿਲਾਂ ਇਹ ਸੀਗਾ ਸ਼੍ਰੋਮਣੀ ਅਕਾਲੀ ਦਲ ਚ ਜੀ, ਫਿਰ ਇਹ ਪੀਪੀਪੀ ਚ ਗਿਆ ਵਾ, ਫਿਰ ਇਹ ਕਿਸਾਨਾਂ ਨੇ ਜਿਹੜੀ ਬਣਾਈ ਸੀਗੀ ਆਪਣੇ ਰਾਜੇਵਾਲ ਨੇ ਪਾਰਟੀ, ਉਹਦੇ ਵਿੱਚ ਗਿਆ, ਹੁਣ ਚੌਥੀ ਇਹਨੇ ਆਪਣੇ ਨਿਸ਼ਾਨ ਲਿਆ ਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜੀ। ਫਿਰ ਇੱਕ ਗੱਲ ਮੈਨੂੰ ਇਹਨੂੰ ਪੁੱਛਣਾ, ਮੈਂ ਦੇਖੋ ਇਹਨੇ ਜਵਾਬ ਦਾ ਕਿਸੇ ਨੂੰ ਦਿੱਤਾ ਨੀ ਹੈਗਾ, ਕਿ ਇਹਨੂੰ ਇਹ ਪੁੱਛੋ ਕਿ ਤੂੰ ਪਾਰਟੀ ਕਿਉਂ ਨੀ ਜੁਆਇਨ ਕੀਤੀ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ? ਨਾ ਭਾਨੇ ਨੇ ਕੀਤੀ, ਨਾ ਲੱਖੇ ਨੇ ਕੀਤੀ, ਸਿਰਫ ਚੋਣ ਨਿਸ਼ਾਨੇ ਕਿਉਂ ਲਿਆ ਵਾ? ਕਿਉਂ ਲਿਆ ਤੁਸੀਂ ਦੱਸੋ, ਤੁਹਾਨੂੰ ਕੀ ਲੱਗਦਾ ਕਿਉਂ ਲਿਆ, ਏਦਾਂ ਕਿਉਂ ਕੀਤਾ? ਬਾਈ ਸਿਰਫ ਲੋਕਾਂ ਨੂੰ ਕਨਫਿਊਜ਼ ਕਰਨ ਨੂੰ, ਲੋਕਾਂ ਨੂੰ ਸਿਰਫ ਲੋਕਾਂ ਨੂੰ। ਦੇਖੋ ਮੈਂ ਇਹੀ ਤਾਂ ਮੇਰੇ ਦੇਖੋ ਲੋਕਾਂ ਨੇ ਸਾਨੂੰ ਫੋਨ ਬਹੁਤ ਆਉਂਦੇ ਨੇ ਬਾਈ, ਇਹੀ ਸਵਾਲ ਲੋਕੀ ਸਾਨੂੰ ਕਹਿੰਦੇ ਨੇ ਕਿ ਇਹਨੇ ਪਾਰਟੀ ਕਿਉਂ ਨੀ ਜੁਆਇਨ ਕੀਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ? ਮਾਨ ਹੁਣਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਹਿ ਦਿੱਤਾ ਕਿ ਪਾਰਟੀ ਤਾਂ ਜੁਆਇਨ ਹੀ ਜੁਆਇਨ ਆ, ਜੇ ਸਾਡੇ ਚੋਣ ਨਿਸ਼ਾਨ ਤੋਂ ਲੜਨਗੇ, ਹੁਣ ਸਾਡੇ ਨਾਲ ਪ੍ਰਚਾਰ ਵੀ ਕਰ ਰਹੇ ਨੇ, ਸਾਡੀ ਪਾਰਟੀ ਦੇ ਮੈਂਬਰ ਹੀ ਨੇ ਉਹ, ਇੱਕ ਅਜਿਹਾ ਬਿਆਨ। ਮੈਂ ਇੱਕ ਚੀਜ਼ ਦੱਸ ਦਿੰਦਾ ਤੁਹਾਨੂੰ ਬਾਈ, ਜੇ ਪਾਰਟੀ ਜੁਆਇਨ ਕੀਤੀ ਹੁੰਦੀ ਤਾਂ ਲੱਖੇ ਤੇ ਭਾਨੇ ਤੇ ਸਾਰੀ ਟੀਮ ਨੇ ਇਕੱਠੇ ਨੇ ਕਰਨੀ ਸੀ ਜੁਆਇਨਿੰਗ, ਉਹ ਜੁਆਇਨਿੰਗ ਨੇ ਸਿਰਫ ਨਿਸ਼ਾਨ ਦਿੱਤਾ ਇਹਨਾਂ ਨੇ ਆਪਣਾ, ਜੁਆਇਨਿੰਗ ਨਹੀਂ ਹੋਈ, ਜੁਆਇਨਿੰਗ ਨਹੀਂ ਹੋਈ, ਸਿਰਫ ਨਿਸ਼ਾਨ ਦਿੱਤਾ ਇਹਨਾਂ ਨੇ ਚੋਣ ਨਿਸ਼ਾਨ। ਦੂਜੀ ਗੱਲ ਜਿਹੜੀ ਤੁਸੀਂ ਪ੍ਰਚਾਰ ਦੀ ਗੱਲ ਕੀਤੀ ਆ, ਭਾਨਾ ਸਿਰਫ ਲੱਖੇ ਦਾ ਪ੍ਰਚਾਰ ਕਰ ਰਿਹਾ ਵਾ, ਨਾ ਕਿ ਸਿਮਰਜੀਤ ਮਾਨ ਦਾ ਪ੍ਰਚਾਰ ਕਰ ਰਿਹਾ ਵਾ, ਸਿਰਫ ਲੱਖੇ ਦਾ ਪ੍ਰਚਾਰ ਕੀਤਾ ਜਾ ਰਿਹਾ ਵਾ ਭਾਨੇ ਦੇ ਭਾਨੇ ਦੀ ਟੀਮ ਵੱਲੋਂ, ਸਿਮਰਜੀਤ ਮਾਨ ਦਾ ਕੋਈ ਪ੍ਰਚਾਰ ਨਹੀਂ ਕੀਤਾ।
ਤਾਰੀ ਤੱਕ ਅਸੀਂ ਇਹੀ ਤਾਂ ਇਹਨਾਂ ਨੂੰ ਸਵਾਲ ਕਰਦੇ ਹਾਂ। ਜਦੋਂ ਕੋਰਟ ਦੁਨੀਆ ਸਟੇਜ ਲੱਗੀ ਸੀ ਉਦੋਂ ਸਿਮਰਜੀਤ ਮਾਨ ਤੇ ਸੁਖਪਾਲ ਖਹਿਰਾ ਇਕੱਠੇ ਬੈਠੇ ਸੀ। ਅੱਜ ਸਿਮਰਜੀਤ ਮਾਨ ਉਹਨੂੰ ਇਹ ਕਾਂਗਰਸ ਪਾਰਟੀ ਨੂੰ ਖੂਨੀ ਦੱਸ ਰਹੇ ਆ, ਅੱਜ ਉਸ ਪਾਰਟੀ ਨੂੰ ਖੂਨੀ ਦੱਸ ਰਹੇ ਆ। ਫਿਰ ਇਹ ਕਹਿੰਦੇ ਨੇ ਕਿ ਬਾਹਰੋਂ ਕੈਂਡੀਡੇਟ ਲਿਆ ਕੇ ਜਲੰਧਰੋਂ ਕੈਂਡੀਡੇਟ ਲੈ ਕੇ ਸੰਗਰੂਰ ਚ ਬਿਠਾ ਤਾ, ਠੀਕ ਨੀ। ਫਿਰ ਇਹਨਾਂ ਦਾ ਬੇਟਾ ਇਮਾਨ ਸਿੰਘ ਮਾਨ ਫਤਿਹਗੜ੍ਹ ਸਾਹਿਬ ਤੋਂ ਅੰਮ੍ਰਿਤਸਰ ਕਿਉਂ ਗਿਆ ਚੋਣ ਲੜਨ? ਉਹਨੇ ਕਿਉਂ ਨੀ ਲੋਕਲ ਲੜੀ? ਪਟਿਆਲੇ ਭਰ ਲੈਂਦੇ ਪੇਪਰ, ਅਨੰਦਪੁਰ ਸਾਹਿਬ ਤੋਂ ਭਰ ਲੈਂਦੇ, ਉਹ ਕਿਉਂ ਅੰਮ੍ਰਿਤਸਰ ਗਏ ਨੇ ਫਿਰ ਇਹਨਾਂ ਦੇ ਬੇਟੇ? ਆਪਣਾ ਆਪਣੀ ਵਾਰੀ ਦਾ ਜਵਾਬ ਨੀ ਦੇਣਾ ਫਿਰ ਕੋਈ? ਆਪਣੀ ਵਾਰੀ ਤਾਂ ਜਵਾਬ ਦੇਣ ਨਾ ਕਿ ਭਾਈ ਮੇਰਾ ਬੇਟਾ ਵੀ ਫਤਿਹਗੜ੍ਹ ਸਾਹਿਬ ਛੱਡ ਕੇ ਆਪਣੇ ਅੰਮ੍ਰਿਤਸਰ ਤੋਂ ਪੇਪਰ ਭਰ ਰਿਹਾ ਵਾ ਐਮਪੀ ਦੇ। ਜੇ ਉਹ ਜਲੰਧਰੋਂ ਆ ਕੇ ਫਿਰ ਕੀ ਗੱਲ ਹੋ ਗਈ? ਇਹ ਤਾਂ ਪਾਰਟੀ ਨੇ ਦੇਖਣਾ ਉਹਨਾਂ ਦੀ ਨੇ, ਇਹਨਾਂ ਦਾ ਹਰੇਕ ਬੰਦਾ। ਬਸ ਹੁਣ ਸੁਖਪਾਲ ਖਹਿਰਾ ਤਾਂ ਇਹੀ ਇਲਜ਼ਾਮ ਲਾ ਰਿਹਾ ਵਾ ਕਿ ਜਲੰਧਰੋਂ ਆ ਗਏ ਜੀ, ਜਲੰਧਰੋਂ ਫਿਰ ਆਪਣਾ ਬੇਟਾ ਤੁਹਾਡਾ ਉੱਥੇ ਪਹੁੰਚ ਗਿਆ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਤੋਂ। ਗੋਲਡੀ ਤੇ ਆਮ ਆਦਮੀ ਪਾਰਟੀ ਦੀ ਜਾਣ ਤੋਂ ਬਾਅਦ ਚਰਚਾਵਾਂ ਨੇ ਕਿ ਹੁਣ ਸੁਖਪਾਲ ਖਹਿਰਾ ਕਮਜ਼ੋਰ ਕੈਂਡੀਡੇਟ ਹੋ ਗਏ ਨੇ, ਇੱਕੋ ਵਰਗੀ ਸੋਚ ਦੇ ਜਾਂ ਇੱਕੋ ਵਰਗੀਆਂ ਗੱਲਾਂ ਕਰਨ ਵਾਲੇ ਮਾਨ ਤੇ ਖਹਿਰਾ ਆਮੋ ਸਾਹਮਣੇ ਨੇ, ਤਾਂ ਜਿੱਤ ਮੀਤ ਹੇਰ ਦੀ ਹੋਏਗੀ, ਹੁਣ ਗੋਲਡੀ ਵੀ ਉੱਧਰ ਚਲੇ ਗਏ। ਦੇਖੋ ਮਾਨ ਸਾਹਿਬ ਤਾਂ ਹੁਣ ਇੱਕ ਗੱਲ ਕਹਿ ਰਹੇ ਨੇ, ਕਹਿੰਦੇ ਜੀ ਮੈਂ ਸਭ ਤੋਂ ਵੱਧ ਵੋਟਾਂ ਤੇ ਜਿੱਤੂਗਾ। ਦੂਜੀ ਗੱਲ ਇੱਕ ਕਹਿ ਰਹੇ ਨੇ, ਕਹਿੰਦੇ ਮੈਂ ਇੱਕ ਬਿਆਨ ਹੋਰ ਦੇ ਰਹੇ ਨੇ ਕਿ ਮੈਂ ਕਿਸੇ ਦੀ ਪਿਛਲੀ ਵਾਰ ਵੀ ਜਦੋਂ ਮੈਂ ਜਿੱਤਿਆ ਆਪਣੇ ਕੰਮਾਂ ਕਰਕੇ ਜਿੱਤਿਆ, ਨਾ ਕਿ ਕਿਸੇ ਫੋਟੋ ਕਰਕੇ ਜਿੱਤਿਆ। ਮਾਨ ਸਾਹਿਬ ਦਾ ਇਹ ਬਿਆਨ ਪਿਆ, ਮੈਂ ਮਾਨ ਸਾਹਿਬ ਨੂੰ ਇੱਕ ਚੀਜ਼ ਪੁੱਛਦਾ, ਜੇ ਤੁਸੀਂ ਆਪਣੇ ਕੰਮਾਂ ਕਰਕੇ ਜਿੱਤੇ ਹੋ ਫਿਰ ਦੁਬਾਰਾ ਆਪਣੇ ਜਿਹੜੇ ਆਪਣੇ ਪੋਸਟਰ ਨੇ ਉਹਦੇ ਵਿੱਚ ਦੀਪ ਸਿੱਧੂ ਦੀ, ਸਿੱਧੂ ਮੂਸੇ ਵਾਲੇ ਦੀ ਫੋਟੋ ਕਿਉਂ ਦੁਬਾਰਾ ਲਾਈ ਹੋਈ ਹੈ ਫਿਰ ਵਿੱਚ? ਜੀ ਤੁਸੀਂ ਪੱਤਰਕਾਰਾਂ ਨੇ ਇੱਕ ਸਵਾਲ ਪੁੱਛਿਆ ਕਿ ਭਾਈ ਮਾਨ ਸਾਹਿਬ ਤੁਹਾਨੂੰ ਪਿਛਲੀ ਵਾਰ ਇਹ ਕਿ ਤੁਹਾਨੂੰ ਤੂੰ ਪਾਲਾ ਦੇ ਲੋਕ ਭਾਵੁਕ ਹੋ ਕੇ ਤੁਹਾਨੂੰ ਵੋਟ ਪਾਈ ਦੀਪ ਸਿੱਧੂ ਦੇ ਨਾਲ? ਦੋ ਨਾਮ ਦੇ ਉੱਪਰ, ਦੋ ਨਾਮ ਦੇ ਫੈਕਟਰ ਦੇ ਉੱਪਰ ਤੁਸੀਂ ਜਿੱਤੇ ਸੀ ਪਿਛਲੀ ਵਾਰ। ਪੱਤਰਕਾਰ ਨੂੰ ਉਲਟਾ ਟੁੱਟ ਕੇ ਪੈ ਗਏ ਜੀ ਤੁਸੀਂ ਨੈਗੇਟਿਵ ਨਾ ਫਲਾਓ, ਕਹਿੰਦੇ ਨਹੀਂ ਮੈਂ ਆਪਣੇ ਕੰਮ ਤੇ ਜਿੱਤੇ, ਫਿਰ ਦੁਬਾਰਾ ਫੋਟੋਆਂ ਕਿਉਂ ਲਾਈਆਂ ਜਾ ਰਹੀਆਂ ਉਹਨਾਂ ਬੰਦਿਆਂ ਦੀ? ਇਹ ਬੜੀ ਕਨਫਿਊਜ਼ਨ ਆ ਬਾਈ। ਚੱਕਰ ਪਤਾ ਕੀ ਆ, ਜਿੱਥੇ ਤੱਕ ਅਸੀਂ ਸੁਣਿਆ ਵਾ ਖਡੂਰ ਸਾਹਿਬ ਸੀਟ ਹੋ ਗਈ, ਸੰਗਰੂਰ ਹੋ ਗਈ, ਬਠਿੰਡਾ, ਇਹ ਤਿੰਨੇ ਸੀਟਾਂ ਦਾ ਕਨਫਿਊਜ਼ਨ ਜਦ ਤੱਕ ਰਿਜ਼ਲਟ ਨਹੀਂ ਆਉਂਦਾ ਉਦ ਤੱਕ, ਜਾਂ ਪੇਪਰ ਨਹੀਂ ਭਰੇ ਜਾਂਦੇ ਜਦ ਤੱਕ, ਉਹ ਰਹਿਣੀ ਰਹਿਣਾ ਕਨਫਿਊਜ਼ਨ। ਹੁਣ ਖਡੂਰ ਸਾਹਿਬ ਤੋਂ ਮੈਨੂੰ ਕੱਲ ਪਰਸੋਂ ਫੋਨ ਆਇਆ ਇੱਕ ਬੰਦੇ ਦਾ, 200 ਪਰਿਵਾਰ ਆ ਉਸ ਬੰਦੇ ਦੇ ਨਾਲ, ਕਹਿੰਦਾ ਬਾਈ ਜੀ ਕਿਹਨੂੰ ਵੋਟ ਪਾਈਏ ਅਸੀਂ? ਮੈਂ ਕਿਹਾ ਦੇਖੋ ਬਾਈ ਅਸੀਂ ਨੀ ਕਿਸੇ ਨੂੰ ਕਹਿੰਦੇ, ਇਹ ਤੁਹਾਡਾ ਆਪਣਾ ਵਾ, ਤੁਸੀਂ ਕਿਹਨੂੰ ਪਾਉਣੀ ਆ ਕਿਹਨੂੰ ਨਹੀਂ ਪਾਉਣੀ। ਕਹਿੰਦਾ ਨਹੀਂ ਜੀ ਤੁਸੀਂ ਦੱਸੋ, ਤੁਹਾਨੂੰ ਅਸੀਂ ਸ਼ੁਰੂ ਤੋਂ ਸੁਣਦੇ ਆ। 200 ਪਰਿਵਾਰ ਆ ਉਸ ਬੰਦੇ ਨਾਲ ਬਾਈ, ਦੇਖ ਲਓ 200 ਪਰਿਵਾਰ। ਉਹ ਬੰਦਾ ਫੋਨ ਕਰਕੇ ਸਾਨੂੰ ਪੁੱਛ ਰਿਹਾ ਕਿਹਨੂੰ ਪਾਈਏ, ਜਾਣੀ ਕਿ ਉਹਨਾਂ ਨੂੰ ਵੀ ਕਨਫਿਊਜ਼ਨ ਹੈਗੀ ਆ ਕਿ ਭਾਈ ਅੰਮ੍ਰਿਤਪਾਲ ਨੂੰ ਪਾਈਏ ਕਿ ਨਾ ਪਾਈਏ। ਚੋਲਾ ਸਾਹਿਬ ਤੋਂ ਸੀਗਾ ਫੋਨ, ਮੈਂ ਨੰਬਰ ਤੇ ਨਾਮ ਤਾਂ ਦੱਸ ਨੀ ਸਕਦਾ ਬੰਦੇ ਦਾ। ਦੇਖੋ ਲੋਕਾਂ ਨੇ ਕਨਫਿਊਜ਼ਨ ਦੱਸ ਬਾਈ ਕਰਤੀ ਕ੍ਰੀਏਟ ਇਹਨਾਂ ਨੇ। ਚੱਕਰ ਪਤਾ ਕੀ ਆ, ਇਹਨਾਂ ਦੀ ਇੱਕ ਸਾਲ ਚ ਚੀਕਾਂ ਵੱਜ ਪਈਆਂ ਉੱਥੇ ਐਨਐਸਏ ਲਵਾ ਕੇ, ਚੀਕਾਂ ਵੱਜ ਪਈਆਂ ਟਾਲੀਆਂ ਕਿ ਅੰਮ੍ਰਿਤਪਾਲ ਨੂੰ ਜਿਤਾਵਾਂਗੇ, ਅਜਿਹੇ ਲੋਕ ਬਿਆਨ ਦੇ ਰਹੇ ਆ। ਪਰ ਸਵਾਲ ਇਹ ਵੀ ਖੜਾ ਹੁੰਦਾ ਕਿ ਇਹ ਉਹੀ ਇਲਾਕਾ ਜਿੱਥੋਂ ਬੀਬੀ ਖਾਲੜਾ ਹਾਰੇ ਸੀ, ਕੀ ਅੰਮ੍ਰਿਤਪਾਲ ਦੀ ਦਿਖਦੀ ਆ ਬਾਈ? ਦਿਖਾਇਆ ਜਾ ਰਿਹਾ। ਦੇਖੋ ਇੱਕ ਪਾਸੇ ਤਾਂ ਉਹਦੇ ਉਹਨਾਂ ਆਪਣੇ ਭਾਈ ਅੰਮ੍ਰਿਤਪਾਲ ਦੇ ਮਾਤਾ ਪਿਤਾ ਨੇ ਇੱਕ ਆਪਣੇ ਕੰਪਲੇਂਟ ਕੀਤੀ ਆ ਕਿ ਸਾਨੂੰ ਪ੍ਰਚਾਰ ਨਹੀਂ ਕੀਤਾ ਜਾ ਰਿਹਾ, ਦੂਜੇ ਪਾਸੇ ਰੋਡ ਸ਼ੋਅ ਕੱਢਿਆ ਜਾ ਰਿਹਾ ਵਾ ਜੀ, ਦੂਜੇ ਪਾਸੇ ਰੋਡ ਸ਼ੋਅ। ਤੀਜੀ ਗੱਲ, ਮੀਡੀਆ ਦੇ ਵਿੱਚ ਫੇਸਬੁੱਕ ਖੋਲ ਲਓ, ਯੂਟਿਊਬ ਖੋਲ ਲਓ, ਚਾਹੇ ਕੋਈ ਅਖਬਾਰ ਚੱਕ ਲਓ, ਤਿੰਨ ਚੀਜ਼ਾਂ ਦੀ ਹੋਣੀ ਚਾਹੀਦੀ ਸੀ, ਨਸ਼ਾ, ਬੇਰੁਜ਼ਗਾਰੀ ਤੇ ਬੇਅਦਬੀ ਦੇ ਉੱਪਰ ਗੱਲ, ਪਰ ਹੋ ਕੇ ਨਹੀਂ ਰਹੀ ਹੈ ਖਡੂਰ ਸਾਹਿਬ ਸੀਟ ਦੀ ਗੱਲ ਜੀ। ਇਹ ਕਹਿੰਦੇ ਸਾਨੂੰ ਮੀਡੀਆ ਦੀ ਗੱਲ ਹੀ ਨਹੀਂ ਕਰਨ ਦੇ ਰਹੇ, ਮੈਨੂੰ ਸਮਝ ਨਹੀਂ ਲੱਗਦੀ ਕਿਉਂ ਲੋਕਾਂ ਦੀ ਕਨਫਿਊਜ਼ਨ ਪੈਦਾ ਕੀਤੀ ਜਾ ਰਹੀ ਆ।
ਇੱਕ ਬਾਈ ਸਵਾਲ ਮੈਂ ਤੁਹਾਨੂੰ ਆਖਰੀ ਕਰੂੰਗਾ ਕਿ ਬਹੁਤ ਲੋਕ ਤੁਹਾਡੇ ਖਿਲਾਫ ਵੀ ਇਹ ਕਹਿ ਰਹੇ ਆ ਕਿ ਇਹ ਤਾਂ ਸਿਰਫ ਬਾਕੀਆਂ ਨੂੰ ਭੰਡਦੇ ਆ, ਆਪ ਇਹਨਾਂ ਨੇ ਕੀ ਕੀਤਾ, ਇਹ ਕਦੇ ਲੱਖੇ ਨੂੰ ਭੰਡਦੇ ਆ, ਭਾਂਡੇ ਨੂੰ ਭੰਡਦੇ ਆ, ਹੁਣ ਅੰਮ੍ਰਿਤਪਾਲ, ਜੇ ਤੁਸੀਂ ਅੱਜ ਉਹ ਗੱਲਾਂ ਕੀਤੀਆਂ ਹੁਣ ਕਹਿਣਗੇ ਅੰਮ੍ਰਿਤਪਾਲ ਨੂੰ ਭੰਡਦੇ ਆ, ਰਣਜੋਤ ਦਰਾਹੇ ਦਾ ਕੀ ਕੀਤਾ ਕਰਾਇਆ, ਉਹਨਾਂ ਨੇ ਕੀ ਦੇਣਾ ਪੰਜਾਬ? ਨਹੀਂ ਅਸੀਂ ਤਾਂ ਕਹਿ ਸੀ ਕਿ ਦੇਖੋ ਬਾਈ ਅਸੀਂ ਤਾਂ ਕਹਿੰਦੇ ਨੀ ਹੈਗੇ ਅਸੀਂ ਸਾਡਾ ਕੁਛ ਕੀਤਾ ਕਰਾਇਆ ਵਾ ਜੀ, ਪਰ ਅਸੀਂ ਦੇਖੋ ਇੱਕ ਬੰਦਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਕਿ ਦੁਬਈ ਤੋਂ ਚੜ੍ਹਦਾ ਵਾ ਮਿਸਟਰ ਅੰਮ੍ਰਿਤਪਾਲ, ਪੰਜਾਬ ਪਹੁੰਚਦਾ ਪਹੁੰਚਦਾ ਭਾਈ ਅੰਮ੍ਰਿਤਪਾਲ ਬਣ ਜਾਂਦਾ ਉਹ ਬੰਦਾ, ਲਾਇਸੈਂਸ ਇਸ਼ੂ ਹੋ ਜਾਂਦੇ ਨੇ, 40-40, 50-50 ਲੱਖ ਦੀਆਂ ਗੱਡੀਆਂ ਤੁਰ ਪੈਂਦੀਆਂ ਨੇ ਨਾਲ, 5-5-6-6 ਗੱਡੀਆਂ ਤੁਰਦੀਆਂ ਨੇ, ਖਰਚਾ ਕਿੱਥੋਂ ਹੋ ਰਿਹਾ ਸੀ ਉਹ? ਉਹ ਤਾਂ ਕਹਿੰਦੇ ਲੋਕਾਂ ਦਾ ਸਾਥ ਸੀ, ਲੋਕਾਂ ਦੇ ਦਿੱਤਾ ਹੋਇਆ ਸੀ ਸਾਰਾ ਕੁਛ। ਨਹੀਂ, ਦੇਖੋ ਦੂਜੀ ਗੱਲ, ਰਣਜੋਤ ਜਦੋਂ ਜਾਂਦਾ ਬੱਸ ਚੜ੍ਹ ਕੇ ਜਾਂਦਾ ਨਾ ਕਿ ਕੋਈ 40 ਲੱਖ ਦੀ ਗੱਡੀ 'ਚ ਜਾਂਦਾ ਵਾ। ਲੋਕਾਂ ਦੇ ਵਿੱਚ ਹੁਣ ਇੱਕ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਫੋਟੋ ਭੇਜੀ ਕੀਤੀ ਜਾ ਰਹੀ ਆ, ਇੱਕ ਪਾਸੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲੇ ਦੀ ਫੋਟੋ, ਨਾਲ ਲਾਈ ਗਈ ਆ ਭਾਈ ਅੰਮ੍ਰਿਤਪਾਲ ਦੀ ਫੋਟੋ। ਮੈਨੂੰ ਇੱਕ ਚੀਜ਼ ਦੱਸ ਦੇਣ ਇਹ ਲੋਕ ਜਿਹਨਾਂ ਨੇ ਫੋਟੋਆਂ ਲਾਈਆਂ ਨੇ ਕਿ ਭਾਈ ਅੰਮ੍ਰਿਤਪਾਲ ਦੀ ਕੀ ਕੁਰਬਾਨੀ ਆ ਪੰਜਾਬ ਦੀ, ਜਿਹੜੀ ਉਹਨਾਂ ਦੀ ਸੰਤਾਂ ਦੇ ਨਾਲ ਫੋਟੋ ਲਾਈ ਗਈ ਆ, ਜਿਹੜਾ ਉਹਨਾਂ ਨੂੰ ਸੰਤ ਬਣਾਇਆ, ਸੰਤ ਜ਼ਬਰਦਸਤੀ ਬਣਾਇਆ ਜਾ ਰਿਹਾ ਵਾ, ਲੋਕਾਂ ਦੇ ਉੱਪਰ ਥੋਪਿਆ ਜਾ ਰਿਹਾ ਉਹਨਾਂ ਨੂੰ ਬਣਾ ਕੇ, ਨਾ ਸੰਤਾਂ ਦੇ ਬਰਾਬਰ ਨਾ ਕੋਈ ਹੋਇਆ ਨਾ ਕੋਈ ਹੋ ਸਕਦਾ। ਜ਼ਬਰਦਸਤੀ ਸੰਤ ਬਣਾਇਆ ਜਾ ਰਿਹਾ, ਕੌਣ ਬਣਾ ਰਿਹਾ, ਕੌਣ ਹੈ ਇਸ ਪਿੱਛੇ? ਫਿਰ ਲੋਕੀ ਬਣਾ ਰਹੇ ਨੇ, ਇਹਨਾਂ ਦੀ ਆਪਣੀ ਟੀਮ ਆ, ਇਹਨਾਂ ਦੀ ਆਪਣੀ ਟੀਮ ਆ ਬਾਈ, ਜਿਹੜੀ ਸੋਸ਼ਲ ਮੀਡੀਆ ਤੇ ਬੈਠੀ ਆ, ਜਿਹੜੇ ਅਮਰੀਕਾ ਤੋਂ ਚਲਾਉਂਦੇ ਨੇ ਪੇਜ, ਜਾਂ ਇੱਥੇ ਪੰਜਾਬ 'ਚ ਬੈਠੇ ਜਿਹੜੇ ਚਲਾ ਰਹੇ ਨੇ ਅਲੱਗ ਅਲੱਗ ਤਰ੍ਹਾਂ ਦੇ ਪੇਜ, ਉਹ ਫੋਟੋਆਂ ਬਣਾ ਕੇ ਥੱਲੇ ਦੇਖਦੇ ਨੇ ਤੀਰ ਵਾਲਾ ਬਾਬਾ, ਤੀਰ ਵਾਲਾ, ਇਹਦਾ ਮਤਲਬ ਤੁਸੀਂ ਮੈਨੂੰ ਇੱਕ ਗੱਲ ਦੱਸੋ, ਇੱਕ ਸਾਲ 'ਚ ਇਹਨਾਂ ਦੀ ਕੀ ਕੁਰਬਾਨੀ ਸੀਗੀ, ਭਾਈ ਅੰਮ੍ਰਿਤਪਾਲ ਦੀ ਕੀ ਕੁਰਬਾਨੀ ਪੰਜਾਬ ਦੀ? ਦੇਖੋ ਮੈਂ ਇੱਕ ਚੀਜ਼ ਦੱਸਦਾ, ਪਹਿਲਾਂ ਮੈਂ ਨਸ਼ਾ ਛਡਾਉਣ ਵਾਲੇ ਕੰਮ ਗੱਲ 'ਚ ਆਉਣਾ ਹੀ ਨਹੀਂ, ਪਹਿਲੀ ਗੱਲ ਚਲੋ ਛੱਡੋ ਉਹਨੂੰ, ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਅੰਮ੍ਰਿਤ ਛਕਾਉਣ ਵਾਲੀ ਗੱਲ, ਲਿਸਟ ਜਾਰੀ ਕਰਨ ਕਿੰਨੇ ਬੰਦਿਆਂ ਨੂੰ ਛਕਾਇਆ ਇਹਨਾਂ ਨੇ, ਇਹ ਲੱਖਾਂ ਦੀ ਗਿਣਤੀ ਕਰਦੇ ਸੀ। ਮੈਂ ਬਾਈ ਤੁਹਾਨੂੰ ਇੱਕ ਚੀਜ਼ ਪੁੱਛਦਾ, ਕਿਸੇ ਨੂੰ ਵੀ ਪੁੱਛ ਲਓ, ਚਾਹੇ ਉਹ ਆਪਣੇ ਕਿਸੇ ਵੀ ਆਪਣੇ ਸ਼੍ਰੋਮਣੀ ਕਮੇਟੀ ਤੋਂ ਲਿਸਟ ਲੈ ਪੁੱਛ ਲਓ, ਆਪਣੇ ਢੱਡਰੀ ਵਾਲਿਆਂ ਤੋਂ ਪੁੱਛ ਲਓ, ਇੱਧਰ ਸੰਤਾਂ ਇੱਧਰੋਂ ਪੁੱਛ ਲਓ, ਆਪਣੇ ਦਮ ਦੇ ਮਿੱਟਕ ਸਾਲ ਵਾਲਿਆਂ ਤੋਂ ਪੁੱਛ ਲਓ, ਚਾਹੇ ਇਹਨਾਂ ਤੋਂ, ਮੈਂ ਕਹਿੰਦਾ ਕਿੰਨੇ ਲੱਖਾਂ ਲੋਕਾਂ ਨੂੰ ਤੁਸੀਂ, ਲੱਖਾਂ ਦੀ ਗਿਣਤੀ ਆ ਜਾਂਦੀ ਆ, ਪਰ ਲਿਸਟ ਤਾਂ ਜਾਰੀ ਨਹੀਂ ਹੋਈ ਕਦੇ, ਲਿਸਟ ਜਾਰੀ ਕਰੋ। ਜੇ ਤੁਸੀਂ ਕਹਿੰਦੇ ਹੋ, ਸਾਰੇ ਹੀ ਕਹਿੰਦੇ ਨੇ ਕਿ ਭਾਈ ਅੰਮ੍ਰਿਤਪਾਲ ਨੇ ਲੱਖਾਂ ਦੀ ਗਿਣਤੀ ਲੋਕਾਂ ਨੂੰ ਅੰਮ੍ਰਿਤ ਛਕਾਇਆ, ਜੇ ਲੱਖਾਂ ਦੀ ਗਿਣਤੀ ਤਾਂ ਦਿਖਣੇ ਵੀ ਚਾਹੀਦੇ ਨੇ, ਦਿਖ ਤਾਂ ਰਹੇ ਨੀ ਲੱਖਾਂ ਦੇ ਲੋਕ ਕਿ ਭਾਈ ਲੱਖਾਂ ਲੋਕਾਂ ਨੇ ਅੰਮ੍ਰਿਤ ਛਕਿਆ ਹੋਵੇ ਭਾਈ ਅੰਮ੍ਰਿਤਪਾਲ ਕੋਲੋਂ, ਕੋਈ ਵੀਡੀਓ ਕੁਛ ਵੀ ਨੀ ਜਦ ਤੱਕ ਹੋਇਆ ਬਾਈ। ਜਿਹੜੇ ਨਸ਼ੇ ਵਾਲੇ ਤੁਹਾਡੇ ਸਾਹਮਣੇ ਸੀ, ਮੈਂ ਦੂਜੀ ਗੱਲ ਕਰਦਾ, ਇੱਥੇ ਬਹੁਤ ਬੜੇ ਬੜੇ ਮੈਂ ਕਹਿੰਦਾ ਮਹਾਂਪੁਰਖ ਹੋਏ, ਸਭ ਕੁਛ ਹੋਏ ਆ, ਪਰ ਕਿਸੇ ਨੇ ਆਪਣੇ ਪਰਸਨਲ ਯੂਜ਼ ਵਾਸਤੇ ਮਹਾਰਾਜ ਨੂੰ ਯੂਜ਼ ਨਹੀਂ ਕੀਤਾ, ਮਹਾਰਾਜ ਨੂੰ ਯੂਜ਼ ਨਹੀਂ ਕੀਤਾ। ਜੇ ਕਿਤੇ ਉੱਥੇ ਬੇਅਦਬੀ ਹੋ ਜਾਂਦੀ ਤੇ ਪੰਜਾਬ ਦਾ ਮਾਹੌਲ ਕੀ ਹੋਣਾ ਸੀ ਅੱਜ ਦੱਸ ਦਿਓ, ਆਪਣੇ ਪਰਸਨਲ ਯੂਜ਼ ਵਾਸਤੇ। ਦੂਜੀ ਗੱਲ, ਜਦੋਂ ਉੱਥੇ ਮਹਾਰਾਜ ਦੀ ਸਵਾਰੀ ਲੈ ਕੇ ਪਹੁੰਚੇ ਸੀ ਥਾਣੇ, ਉਦੋਂ ਕਿਉਂ ਨੀ ਇਹਨਾਂ ਨੂੰ ਵੋਟਾਂ ਯਾਦ ਆਈਆਂ ਕਿ ਅਸੀਂ ਵੋਟਾਂ ਪਾ ਕੇ ਬੰਦਾ ਕਢਾਵਾਂਗੇ ਆਪਣਾ ਬਾਹਰ? ਉੱਥੇ ਮਹਾਰਾਜ ਦੀ ਸਵਾਰੀ ਲੈ ਕੇ ਕਿਉਂ ਪਹੁੰਚੇ ਸੀ ਇਹ? ਉਦੋਂ ਕਿਉਂ ਨੀ ਵੋਟਾਂ ਪਾ ਕੇ ਕਢਾਏ ਫਿਰ ਬਾਹਰ? ਉੱਥੇ ਵੋਟਾਂ ਕਦੋਂ, ਉੱਥੇ ਵੋਟਾਂ ਕਿੱਥੇ ਚਲੇ ਗਈਆਂ ਸੀ? ਉਦੋਂ ਕਿਉਂ ਨੀ ਕਿਹਾ ਕਿ ਭਾਈ ਕੋਈ ਗੱਲ ਨੀ, ਅਸੀਂ ਵੋਟਾਂ ਆ ਗਈਆਂ, ਵੋਟਾਂ ਕਢਾ ਕੇ ਆਪਣਾ ਬੰਦਾ ਬਾਹਰ ਲੈ ਕੇ ਜਾਵਾਂਗੇ, ਨਾ ਕਿ ਅਸੀਂ ਕੋਈ ਆਪਣੀ ਲੜਾਈ ਕਰਾਈ ਜਾਂ ਮਹਾਰਾਜ ਦਾ ਸਰੂਪ ਲੈ ਕੇ ਉੱਥੇ ਪਹੁੰਚ ਗਏ ਥਾਣੇ? ਸਾਰਾ ਆਪਣੇ ਕਿੰਨੇ ਲੋਕ ਫੱਟੜ ਹੋਏ ਆ, ਮਹਾਰਾਜ ਨੂੰ ਆਪਣੇ ਬੇਅਦਬੀ ਹੁੰਦੀ ਹੁੰਦੀ ਰਹਿ ਗਈ ਉੱਥੇ। ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਹੁਣ ਹੁਣ ਤੁਸੀਂ ਵੋਟਾਂ ਵਾਲੇ ਕੰਮ 'ਚ ਪੈ ਗਏ, ਹੁਣ ਪਹਿਲੀ ਗੱਲ ਤੁਸੀਂ ਸੰਵਿਧਾਨ ਨੂੰ ਨਹੀਂ ਮੰਨਦੇ, ਦੂਜੀ ਗੱਲ ਤੁਸੀਂ ਆਹ ਗੱਲ, ਹੁਣ ਇੱਕ ਚੀਜ਼ ਤੁਹਾਨੂੰ ਮੈਂ ਪੁੱਛਦਾ, ਇਹਨੂੰ ਮਾਨ ਸਾਹਿਬ ਨੂੰ ਮੇਰਾ ਇੱਕ ਸਵਾਲ ਆ,
ਜਦੋਂ ਰਾਸ਼ਟਰਪਤੀ ਦੀ ਚੋਣ ਹੋਈ ਸੀ ਇਹ ਦੱਸ ਦੇਣ ਇਹਨਾਂ ਨੇ ਕਿਹਨੂੰ ਵੋਟ ਪਾਈ ਸੀ। ਮੈਂ ਸੁਖਪਾਲ ਖਹਿਰਾ ਦਾ ਇੰਟਰਵਿਊ ਕੀਤਾ, ਉਹ ਕਹਿੰਦੇ ਕਿ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਸਿਮਰਨਜੀਤ ਮਾਨ ਹੋਣਾ ਨੇ ਭਾਜਪਾ ਨੂੰ ਵੋਟ ਪਾਈ ਸੀ। ਬਿਲਕੁਲ ਪਾਈ ਆ ਜੀ, ਬਿਲਕੁਲ ਪਾਈ ਆ, ਬਿਲਕੁਲ ਪਾਈ ਆ। ਇਹਨਾਂ ਦਾ ਪ੍ਰੂਫ ਹੈ ਕਿ ਦਿਖਾ ਦੇਣ, ਕਿਉਂਕਿ ਉਹ ਤੋਂ ਚਿੱਟ ਨਿਕਲਦੀ ਆ, ਉਹ ਪਤਾ ਲੱਗ ਜਾਂਦਾ ਕਿਹੜੇ ਐਮਪੀ ਨੇ ਕਿਹਨੂੰ ਪਾਈ ਆ। ਇਹ ਦੱਸ ਦੇਣ ਫਿਰ ਕਿਹਨੂੰ ਪਾਈ ਆ, ਕਿਉਂ ਨੀ ਦੱਸ ਰਹੇ ਫਿਰ? ਤੁਹਾਡੇ ਕੋਲ ਇੱਕ ਫੋਨ ਹੈਗਾ ਇੱਥੇ, ਕੋਈ ਦੂਜਾ ਇੱਕ ਹੋਰ ਕੋਈ ਜੀ? ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਖੋਲਿਓ ਮਾੜਾ ਜਿਹਾ ਗੂਗਲ, ਖੋਲਿਓ ਗੂਗਲ ਦੇ ਵਿੱਚ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪੇਜ ਖੋਲੋ, ਚੌਥੀ ਲਾਈਨ ਦੇਖੋ, ਚੌਥਾ ਪੈਰਾ ਪੜ੍ਹੋ ਕੀ ਲਿਖਿਆ ਹੋਇਆ ਕਿ ਪਾਰਟੀ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੀ ਸਪੋਰਟ ਕਰਦੀ ਰਹੀ ਆ, ਉਹਨਾਂ ਦੇ ਕਰਕੇ ਵੋਟ ਪਈ, ਸਿੰਪੈਥੈਟਿਕ ਕੌਜ਼, ਇਦਾਂ ਦਾ ਲਿਖਿਆ ਹੋਇਆ। ਠੀਕ, ਵਿਕੀਪੀਡੀਆ ਦੇ ਵਿੱਚ ਪਾਇਆ ਹੋਇਆ ਇਹਨਾਂ ਨੇ ਨਾਮ। ਇਹਨਾਂ ਨੇ ਲਿਖਿਆ ਹੋਇਆ ਕਿ ਇਹ ਦੋ ਬੰਦੇ ਸਾਡੇ ਸਭ ਤੋਂ ਵੱਡੇ ਸਮਰਥਕ ਸੀਗੇ ਸਿਮਰਜੀਤ ਮਾਨ ਦੇ ਜੀ। ਠੀਕ ਨੀ, ਇਹਨਾਂ ਕਰਕੇ ਸਾਡੇ, ਇਹਨਾਂ ਨੇ ਇੱਕ ਚੀਜ਼ ਹੋਰ ਥੱਲੇ ਲਿਖੀ ਹੈ ਕਿ ਇਹਨਾਂ ਦੋਨਾਂ ਕਰਕੇ ਸਾਡੇ ਪਾਰਟੀ ਦੇ ਵਿੱਚ ਭਰਪੂਰ ਲੋਕਾਂ ਦਾ ਸਾਥ ਮਿਲਿਆ। ਹੁਣ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਇਹਨਾਂ ਨੂੰ ਕਿ ਭਾਈ, ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਮੈਂ ਕਿਸੇ ਦੇ ਨਾਮ ਕਰਕੇ ਨੀ ਜਿੱਤਿਆ, ਫਿਰ ਵਿਕੀਪੀਡੀਆ ਦੇ ਵਿੱਚ ਦੋ ਬੰਦਿਆਂ ਨੇ ਤੁਸੀਂ ਨਾਮ ਲਾਏ ਹੋਏ ਨੇ। ਚਲੋ ਦੀਪ ਸਿੱਧੂ ਬਾਈ ਨੂੰ ਮੈਂ ਰੱਖ ਦਿੰਦਾ, ਉਹ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਸੀਗੇ, ਪਰ ਸਿੱਧੂ ਮੂਸੇਵਾਲਾ ਤਾਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ, ਉਹਨਾਂ ਦਾ ਨਾਮ ਕਿਉਂ ਰੱਖਿਆ ਹੋਇਆ ਵੇ ਵਿੱਚ ਜੀ? ਦੱਸੋ ਲੜ ਰਹੇ ਨੇ ਉਸ ਪਾਰਟੀ ਤੋਂ, ਉਹੀ ਗੱਲ ਆ ਨਾ, ਪਰਿਵਾਰ ਤਾਂ ਹੁਣ ਵੀ ਸਪੋਰਟ ਕਰ ਰਿਹਾ ਕਾਂਗਰਸ ਨੂੰ ਜੀ ਜੀ। ਹੁਣ ਫਿਰ ਨਾਮ ਕਿਉਂ ਲਿਖਿਆ ਹੋਇਆ? ਇੱਕ ਪਾਸੇ ਤੁਸੀਂ ਖੂਨੀ ਪੰਜਾ ਕਹਿੰਦੇ ਹੋ ਉਹਨੂੰ ਕਿ ਕਾਂਗਰਸ ਨੇ ਸਿੱਖਾਂ ਦਾ ਘਾਣ ਕਰਤਾ, ਦੂਜੇ ਪਾਸੇ ਤੁਸੀਂ ਜਿਹੜੇ ਕਾਂਗਰਸ ਦੇ ਆਪਣੇ ਕਾਂਗਰਸ ਦੇ ਚੋਣ ਲੜੀ ਸੀ, ਹੁਣ ਵੀ ਉਹਨਾਂ ਨੇ ਅੱਜ ਵੀ ਉਹਨਾਂ ਨੇ ਪ੍ਰਚਾਰ ਕੀਤਾ ਵਾ, ਬਾਪੂ ਬਲਕੌਰ ਸਿੰਘ ਨੇ ਅੱਜ ਵੀ ਪ੍ਰਚਾਰ ਕੀਤਾ ਕਾਂਗਰਸ ਵਾਸਤੇ, ਦੂਜੇ ਪਾਸੇ ਤੁਸੀਂ ਮੂਸੇਵਾਲੇ ਦਾ ਨਾਮ ਲਿਖ ਕੇ ਤੇ ਆਪਣਾ ਉੱਥੇ ਵਿਕੀਪੀਡੀਆ ਦੇ ਵਿੱਚ ਨਾਮ ਲਿਖਿਆ ਹੋਇਆ ਵਾ। ਲੋਕਾਂ ਨੂੰ ਦੇਖੋ ਕਨਫਿਊਜ਼ਨ ਕਿੰਨੀ ਪੈਦਾ ਕੀਤੀ ਜਾ ਰਹੀ ਆ ਜੀ 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 ਬਿਲਕੁਲ, ਕਿਉਂ ਲੋਕਾਂ ਨੂੰ ਇਹ ਕਨਫਿਊਜ਼ ਕਰ ਰਹੇ ਨੇ ਬਾਈ? ਉਹੀ ਚੀਜ਼ ਆ, ਇੱਥੇ ਬਹੁਤ ਕੁਛ ਹੋਣਾ ਬਾਈ, ਹਜੇ ਜਦ ਤੱਕ ਪੇਪਰ ਨਹੀਂ ਭਰੇ ਜਾਂਦੇ ਇੱਥੋਂ ਪਤਾ ਨਹੀਂ ਲੱਗਣਾ ਕਿਹਨੇ ਲੜਨੀ ਆ। ਮੈਂ ਇੱਕ ਚੀਜ਼ ਹੋਰ ਤੁਹਾਨੂੰ ਲਾਸਟ ਵਿੱਚ ਖਤਮ ਹੀ ਕਰਨ ਲੱਗਿਆ, ਭਾਈ ਅੰਮ੍ਰਿਤਪਾਲ ਨੂੰ ਲੈ ਕੇ ਜਿਹੜੀਆਂ ਮੇਨ ਮੇਨ ਸਿੱਖ ਜਥੇਬੰਦੀਆਂ ਨੇ ਜਾਂ ਹੋਰ ਨੇ, ਉਹਨਾਂ ਨੇ ਹੁਣ ਤੱਕ ਕਿਉਂ ਨੀ ਆਪਣਾ ਬਿਆਨ ਦਿੱਤਾ? ਉਹ ਜਥੇਬੰਦੀਆਂ ਕਿੱਥੇ ਨੇ ਸਾਰੀਆਂ ਮੇਨ ਮੇਨ ਜਿਹੜੀਆਂ ਨੇ? ਹੁਣ ਭਾਈ ਅੰਮ੍ਰਿਤਪਾਲ ਦੇ ਬੰਦੇ ਕਦੇ ਕਿਸੇ ਨੂੰ ਮਾਫ਼, ਕਿਸੇ ਉਹਨਾਂ ਦੇ ਬੰਦੇ ਕਦੇ ਕਿਸੇ ਨੂੰ ਕੁਛ ਗਲਤ ਕਹਿ ਰਹੇ ਨੇ, ਕਦੇ ਕਿਸੇ ਨੂੰ ਕੁਛ ਗਲਤ। ਹੁਣ ਅੱਜ ਤੋਂ ਬਾਅਦ ਸਾਨੂੰ, ਪਹਿਲਾਂ ਉਹਨੂੰ ਆਉਂਦੇ ਸੀ ਆਪਣੇ ਰੋਮੀ ਨੂੰ ਵੀ ਜਾ ਰਹੇ ਸੀ ਮੈਸੇਜ, ਕੱਲ ਅੱਜ ਦੁਪਹਿਰੇ ਆਪਣੇ ਭਗਤ ਸਿੰਘ ਦੁਆਬੀ ਵੀ ਲਾਈਵ ਹੋਏ ਹੋਏ ਸੀ ਕਿ ਭਾਈ ਇਹਨਾਂ ਦੇ ਬੰਦੇ ਸਾਨੂੰ ਵੀ ਗਾਲਾਂ ਲਿਖਦੇ ਨੇ ਮਾਵਾਂ ਭੈਣਾਂ ਦੀਆਂ, ਹੁਣ ਕੱਲ ਤੋਂ ਬਾਅਦ ਮੈਨੂੰ ਵੀ ਆ ਜਾਣਗੇ। ਪਰ ਸਵਾਲਾਂ ਦੇ ਜਵਾਬ ਕਿਸੇ ਨੇ ਨਹੀਂ ਦੇਣਾ ਜੀ ਕਿ ਭਾਈ ਇੱਕ ਬੰਦਾ ਭਾਈ ਕਿਵੇਂ ਬਣ ਗਿਆ, ਦੱਸਤਾ ਦੋ ਆ ਕੇ, ਕੋਈ ਬੰਦਾ ਉਹਨੂੰ ਭਾਊ ਆਖ ਰਿਹਾ ਵਾ, ਦੱਸੋ ਮਾਂ ਬਾਪ ਭਾਈ ਸਾਹਿਬ ਕਹਿ ਰਹੇ ਨੇ, ਕੋਈ ਬੰਦਾ ਭਾਊ ਆਖ ਰਿਹਾ ਵਾ, ਦੱਸੋ, ਮੈਨੂੰ ਸਮਝ ਨਹੀਂ ਲੱਗਦੀ ਕਿੱਧਰ ਨੂੰ, ਕੋਈ ਇੱਕ ਬਿਆਨ ਹੈ ਹੀ ਨਹੀਂ ਇਹਨਾਂ ਦਾ ਕਿਸੇ ਦਾ ਵੀ ਜੀ। ਬਿਲਕੁਲ ਬਾਈ, ਤਾਂ ਬਹੁਤ ਸਾਰੀਆਂ ਚਰਚਾਵਾਂ, ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਸ਼ੰਕੇ ਤੇ ਸਵਾਲ ਜਿਨ੍ਹਾਂ ਉੱਤੇ ਚਰਚਾ ਕੀਤੀ ਆ, ਉਮੀਦ ਕਰਦੇ ਆ ਕਿ ਲੋਕਾਂ ਤੱਕ ਵੀ ਇਹ ਗੱਲਾਂ ਪਹੁੰਚੀਆਂ ਹੋਣਗੀਆਂ। ਤੁਸੀਂ ਵੀ ਜਿਹੜੇ ਲੋਕ ਦੇਖ ਰਹੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਇਹਨਾਂ ਸਾਰੇ ਮਸਲਿਆਂ ਉੱਤੇ ਆਪਣੇ ਵਿਚਾਰ ਰੱਖ ਸਕਦੇ ਹੋ। ਰਣਜੋਤ ਬਾਈ ਬਹੁਤ ਧੰਨਵਾਦ, ਸਮਾਂ ਦਿੱਤਾ ਬਾਈ। ਥੈਂਕ ਯੂ ਜੀ।